ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ 'ਤੇ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ੇ ਦੇ ਉੱਪਰ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹੁਣ ਜਾ ਰਹੇ ਹਾਂ। ਪੰਜਾਬ ਦੀ ਇਹ ਉਹ ਪਾਵਨ ਪਵਿੱਤਰ ਧਰਤੀ ਜਿਹਦੇ ਬਾਰੇ ਆਪਾਂ ਇਹ ਗੱਲ ਕਹਿੰਦੇ ਹਾਂ, ਅਕਸਰ ਕਹਿੰਦੇ ਹਾਂ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ। ਪੰਜਾਬ ਦੀ ਉਹ ਧਰਤੀ ਜਿਹਦੇ ਬਾਰੇ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪੰਜਾਬ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਹੋਇਆ ਕਰਦੇ ਸਨ। ਕਿੰਨੇ ਵਧੀਆ ਰਾਜ ਸੀਗੇ ਉਹ, ਕਿੰਨਾ ਵਧੀਆ ਪ੍ਰਬੰਧ ਸੀਗਾ ਉਸ ਰਾਜ ਦੇ ਵਿੱਚ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਾਂ ਕਿਸੇ ਵੀ ਧਰਮ ਦਾ ਬਸ਼ਿੰਦਾ ਉਸ ਰਾਜ ਦੇ ਵਿੱਚ ਦੁਖੀ ਨਹੀਂ ਸੀਗਾ। ਸਾਰੇ ਹੀ ਬੜੇ ਜ਼ਿਆਦਾ ਪਿਆਰ ਅਤੇ ਇਤਫਾਕ ਦੇ ਨਾਲ ਰਿਹਾ ਕਰਦੇ ਸਨ। ਇੱਕ ਅਕਸਰ ਸਾਡੇ ਵਿੱਚ ਗੱਲ ਚੱਲਦੀ ਹੈ ਕਿ ਭਾਈਚਾਰਕ ਸਾਂਝ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ। ਭਾਈਚਾਰਕ ਸਾਂਝ ਕਿੱਦਾਂ ਕਾਇਮ ਰਹਿ ਸਕਦੀ ਹੁੰਦੀ ਆ, ਭਾਈਚਾਰਕ ਸਾਂਝ ਦੇ ਮਾਇਨੇ ਕੀ ਹੁੰਦੇ ਨੇ, ਇਸ ਗੱਲ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਤੋ ਜਿਹੜਾ ਅੱਜ ਵਾਲਾ ਟੌਪਿਕ ਹੈਗਾ ਨਾ ਜੀ, ਇਸ ਧਰਤੀ ਦੇ ਉੱਪਰ ਅੱਜ ਬਹੁਤ ਸਾਰੇ ਲੋਕ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਦੋ ਫਿਰਕਿਆਂ ਦੇ ਵਿੱਚ, ਦੋ ਵੱਖ ਵੱਖ ਕੌਮਾਂ ਦੇ ਵਿੱਚ ਤਣਾਅ ਪੈਦਾ ਕਰਨ ਦੀ ਅਕਸਰ ਹੀ ਵਜ੍ਹਾ ਬਣਦੇ ਨੇ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਮੈਂ ਕਦੇ ਵੀ ਨਹੀਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੈ, ਸ਼ਾਂਤ ਮਾਹੌਲ ਨੂੰ ਅੱਗ ਲਾਉਣ ਦੀ ਕੋਈ ਕੋਸ਼ਿਸ਼ ਕਰ ਰਿਹਾ ਹੈ। ਮੈਂ ਕਦੇ ਵੀ ਨਹੀਂ ਇਹ ਗੱਲ ਕਹਿੰਦਾ। ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਕਿ ਮਾਹੌਲ ਇੱਥੇ ਤਾਂ ਪਹਿਲਾਂ ਹੀ ਅੱਗ ਲੱਗੀ ਹੋਈ ਹੈ। ਅੱਗ ਦੇ ਵਿੱਚ ਸਗੋਂ ਹੋਰ ਕੋਈ ਨਾ ਕੋਈ ਕਦੀ ਘਿਓ ਜਾਂ ਕਦੀ ਕੋਈ ਤੇਲ ਪਾਉਣ ਦਾ ਕਾਰਨ ਬਣਦਾ ਹੈ। ਅੱਗ ਪਹਿਲੇ ਲੱਗੀ ਹੋਈ ਹੈ, ਅੱਗ ਨੂੰ ਬੁਝਾਉਣ ਦੇ ਯਤਨ ਨਹੀਂ ਕੀਤੇ ਜਾਂਦੇ। ਕੁਛ ਲੋਕ ਇੱਦਾਂ ਦੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਸ਼ਿਵ ਸੈਨਾ ਦੇ ਆਗੂ ਅਖਵਾਉਣ ਦਾ ਦਾਵਾ ਕਰਦੇ ਨੇ ਔਰ ਹਿੰਦੂ ਭਾਈਚਾਰੇ ਦੇ ਆਪਣੇ ਆਪ ਨੂੰ ਉਹ ਆਗੂ ਅਖਵਾਉਣ ਦਾ ਦਾਵਾ ਕਰਦੇ ਨੇ, ਹਾਲਾਂਕਿ ਉਹਨਾਂ ਦੇ ਪਿੱਛੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕ ਨਹੀਂ ਹੁੰਦੇ। ਹਿੰਦੂ ਭਾਈਚਾਰੇ ਵਾਲੇ ਕਈ ਵਾਰ ਉਹਨਾਂ ਨੂੰ ਆਪਣਾ ਆਗੂ ਮੰਨਦੇ ਵੀ ਨਹੀਂ ਹੁੰਦੇ, ਪਰ ਉਹ ਆਪਣੇ ਆਪ ਨੂੰ ਆਪੇ ਹੀ ਅਖਵਾਉਂਦੇ ਰਹਿੰਦੇ ਨੇ ਔਰ ਉਹਨਾਂ ਵੱਲੋਂ ਕੁਛ ਇੱਦਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਬਿਆਨਬਾਜ਼ੀਆਂ ਦੇ ਕਰਕੇ ਤਕਰੀਬਨ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਜਾਂਦੇ ਨੇ। ਇੱਦਾਂ ਦੀ ਹੀ ਹੁਣ ਹਰਕਤ ਬੀਤੀ ਕੱਲ੍ਹ ਫਿਰ ਇਹਨਾਂ ਨੇ ਕੀਤੀ ਹੈ। ਇੱਕ ਨਿੱਜੀ ਚੈਨਲ ਦਾ ਕੋਈ ਪੱਤਰਕਾਰ ਨੌਜਵਾਨ ਹੈਗਾ, ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰੀਕੇ ਦੇ ਨਾਲ ਉਹ ਸਵਾਲ ਕਰ ਰਿਹਾ ਹੈਗਾ, ਪੱਤਰਕਾਰਤਾ ਦੇ ਉੱਪਰ ਵੀ ਸਵਾਲੀਆ ਚਿੰਨ ਲੱਗ ਰਹੇ ਨੇ ਕਿ ਜਦੋਂ ਪੱਤਰਕਾਰ ਹੀ ਇਸ ਤਰੀਕੇ ਦੇ ਨਾਲ ਸਵਾਲ ਕਰੂੰਗਾ ਤਾਂ ਉਹਦੇ ਕੀ ਮਾਇਨੇ ਨੇ, ਪੱਤਰਕਾਰ ਦਾ ਕੀ ਕੰਮ ਹੁੰਦਾ ਹੈਗਾ, ਸਾਰਾ ਕੁਝ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਭੁਪਿੰਦਰ ਸਿੰਘ 6 ਜੂਨ ਮੇਰੇ ਨਾਲ ਉਹ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਮਸਲਾ ਕੀ ਹੈਗਾ ਤੁਹਾਨੂੰ ਇੱਕ ਲਾਈਨ ਦੇ ਵਿੱਚ ਦੱਸ ਦਿੰਦਾ। ਉਹਨਾਂ ਨੇ ਇੱਕ ਆਪਣੇ ਲੈਟਰ ਹੈਡ ਦੇ ਉੱਪਰ ਚਿੱਠੀ ਲਿਖੀ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਮੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਕੋਲੋਂ। ਉਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਦਰਬਾਰ ਸਾਹਿਬ ਦੇ ਅੰਦਰ ਹਨੂੰਮਾਨ ਚਾਲੀਸਾ ਪੜ੍ਹਨ ਦੀ ਆਗਿਆ ਦਿੱਤੀ ਜਾਵੇ, ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਰਹਿ ਸਕਦੀ ਹੈ। 4 ਦਰਵਾਜ਼ੇ ਨੇ ਦਰਬਾਰ ਸਾਹਿਬ ਦੇ, ਇਸ ਗੱਲ ਦਾ ਵੀ ਉਹ ਜ਼ਿਕਰ ਕਰ ਰਹੇ ਹੈਗੇ ਆ। 4 ਦਰਵਾਜ਼ਿਆਂ ਦਾ ਮਤਲਬ ਕੀ ਹੁੰਦਾ ਹੈਗਾ ਉਹ ਵੀ ਗੱਲਬਾਤ ਕਰਾਂਗੇ। ਇੱਥੇ ਅਕਸਰ ਇਹ ਗੱਲ ਚੱਲਦੀ ਹੈ, ਪਿਛਲੇ ਕੁਛ ਦਿਨਾਂ ਤੋਂ ਵੀ ਲਗਾਤਾਰ ਗੱਲ ਚੱਲਦੀ ਰਹੀ ਕਿ ਬਹੁਤ ਸਾਰੇ ਸਿੱਖ ਜਦੋਂ ਇਹ ਗੱਲ ਕਹਿੰਦੇ ਆ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਕੇ ਅਤੇ ਉਹ ਨਮਾਜ਼ ਅਦਾ ਕਰ ਸਕਦੇ ਨੇ ਅਤੇ ਕਈ ਵਾਰੀ ਕੀਤੀ ਵੀ ਗਈ ਹੈ, ਉਸ ਵੇਲੇ ਕਈ ਸੱਜਣ ਇਤਰਾਜ਼ ਕਰਦੇ ਸੀਗੇ ਕਿ ਜੇ ਤੁਸੀਂ ਅੱਜ ਉਹਨਾਂ ਨੂੰ ਖੁੱਲ੍ਹ ਦਿੰਦੇ ਹੋ ਕੱਲ੍ਹ ਨੂੰ ਕੋਈ ਹੋਰ ਵੀ ਆ ਕੇ ਤੁਹਾਡੇ ਸਾਹਮਣੇ ਇੱਦਾਂ ਦੀਆਂ ਗੱਲਾਂ ਕਰਨਗੇ। ਤਾਂ ਹੁਣ ਬਹੁਤ ਸਾਰੇ ਸੱਜਣ ਮੈਂ ਕੱਲ੍ਹ ਤੋਂ ਵੇਖ ਰਿਹਾ ਕਿ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਜਦੋਂ ਤੁਸੀਂ ਆਪ ਕਿਸੇ ਨੂੰ ਪਹਿਲਾਂ ਇੱਕ ਵਾਰੀ ਖੁੱਲ੍ਹ ਦਿੰਦੇ ਹੋ ਫਿਰ ਅਗਲਾ ਅੱਗੇ ਤੋਂ ਅੱਗੇ ਵੱਧਦਾ ਜਾਂਦਾ, ਕਈ ਵਾਰੀ ਕੋਈ ਹੋਰ ਵੱਧਦਾ ਜਾਂਦਾ ਹੈਗਾ। ਗੱਲ ਸਹੇ ਦੀ ਨਹੀਂ, ਗੱਲ ਕਈ ਵਾਰ ਪਹੇ ਦੀ ਹੁੰਦੀ ਹੈ। 6 ਜੂਨ ਭੁਪਿੰਦਰ ਸਿੰਘ ਮੇਰੇ ਨਾਲ ਨੇ। ਭੁਪਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭੁਪਿੰਦਰ ਸਿੰਘ ਜੀ, ਮੈਂ ਇਸ ਟੌਪਿਕ 'ਤੇ ਤੁਹਾਨੂੰ ਉਚੇਚਾ ਇਸ ਕਰਕੇ ਬੁਲਾਇਆ ਹੈਗਾ ਕਿਉਂਕਿ ਭੁਪਿੰਦਰ ਸਿੰਘ 6 ਜੂਨ, ਮੇਰਾ ਨਾਂ ਵੀ ਭੁਪਿੰਦਰ ਸਿੰਘ ਹੈ ਅਤੇ ਤੁਹਾਡੇ ਨਾਂ ਦੇ ਪਿੱਛੇ 6 ਜੂਨ ਲੱਗਦਾ ਅਤੇ ਮੇਰੇ ਨਾਂ ਦੇ ਪਿੱਛੇ ਲੱਗਦਾ ਸੱਜਣ। ਸੱਜਣ ਮੇਰਾ ਕੋਈ ਗੋਤ ਨਹੀਂ ਹੈ ਅਤੇ ਮੈਂ ਇੱਕ ਡਾਕਟਰ ਸੀਗੇ, ਡਾਕਟਰ ਸੱਜਣ ਸਿੰਘ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਥੋੜ੍ਹਾ ਜਿਹਾ ਖਰੇ ਪਾਸੇ ਨੂੰ ਤੁਰਿਆ ਸੀਗਾ, ਤਾਂ ਕਰਕੇ ਉਹਨਾਂ ਦਾ ਨਾਮ ਮੈਂ ਆਪਣੇ ਨਾਂ ਦੇ ਨਾਲ ਹੀ ਲਾ ਲਿਆ। ਉਹ ਜਹਾਨ ਦੇ ਵਿੱਚ ਹੁਣ ਨਹੀਂ ਰਹੇ, ਉਹਨਾਂ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਚੇਂਜ ਕੀਤਾ ਸੀਗਾ 6 ਜੂਨ, ਕਿਉਂਕਿ 6 ਜੂਨ ਨੂੰ ਤੁਸੀਂ ਸ਼ਿਵ ਸੈਨਾ ਵਾਲੇ ਭਜਾਏ ਸੀਗੇ ਜਿਹੜੇ ਖਰੂਦ ਪਾਉਂਦੇ ਸੀਗੇ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਸ਼ਿਵ ਸੈਨਿਕਾਂ ਵੱਲੋਂ ਜਦੋਂ ਕੋਈ ਇੱਦਾਂ ਦੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਤਾਂ ਤੁਹਾਤੋਂ ਬਿਹਤਰ ਹੋਰ ਕੌਣ ਹੋ ਸਕਦਾ ਉਸ ਟੌਪਿਕ 'ਤੇ ਗੱਲ ਕਰਨ ਵਾਸਤੇ। ਇਸ ਕਰਕੇ ਮੈਂ ਤੁਹਾਨੂੰ ਬੁਲਾਇਆ, ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕੱਲ੍ਹ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ? ਤੁਸੀਂ ਬੁਲਾਇਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸੱਜਣ ਸਾਹਿਬ ਜੀ। ਦੇਖੋ ਭਾਈ ਸਾਹਿਬ, ਇਹ ਚਿੱਠੀ ਜਿਹੜੀ ਉਹਨਾਂ ਨੇ ਲਿਖੀ ਨਾ, ਇਹ ਬੜੀ ਦਿਨ ਦੇ ਵਿੱਚ ਨਾ ਮੈਲ ਰੱਖ ਕੇ ਲਿਖੀ ਗਈ ਜੀ। ਕੁਝ ਸਾਡੇ ਸੱਜਣਾਂ ਦੀਆਂ ਗਲਤੀਆਂ, ਸਾਡੀ ਕੌਮ ਦੇ ਭਰਾਵਾਂ ਦੀਆਂ ਸਾਡੀਆਂ ਗਲਤੀਆਂ, ਕਿ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਮਾਜ਼ ਪੜ੍ਹਾਈ ਜੀ। ਸਾਡਾ ਕੰਮ ਹੈ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਜੀ, ਪਰ ਸਾਡੇ ਵਾਸਤੇ ਬੰਦਿਸ਼ਾਂ ਵੀ ਨੇ ਜੀ। ਹੁਣ ਤੁਸੀਂ ਗੱਲ ਕੀਤੀ ਸੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਆ ਜੀ, ਉਹ ਕਹਿੰਦੇ 4 ਦਰਵਾਜ਼ੇ, ਹਾਂਜੀ ਉਹਦੇ ਮਾਇਨੇ 4 ਦਰਵਾਜ਼ੇ ਸਹੀ ਨੇ ਜੀ। ਉੱਥੇ ਕਿਸੇ ਵੀ ਧਰਮ ਦਾ ਬੰਦਾ ਆ ਸਕਦਾ ਆ, ਕੋਈ ਵੀ ਆ ਸਕਦਾ, ਉੱਥੇ ਲੰਗਰ ਛਕ ਸਕਦਾ, ਉੱਥੇ ਬਹਿ ਕੇ ਅਕਾਲ ਪੁਰਖ ਨੂੰ ਯਾਦ ਕਰ ਸਕਦਾ ਵਾ ਜੀ। ਪਰ ਜਿਹੜੀ ਸਾਡੀ ਸੋਚ ਹੈ ਨਾ, ਜਿਹੜੀ ਸਾਨੂੰ ਸਿੱਖੀ ਸੋਚ ਮਿਲੀ ਹੈ, ਉਹਦਾ ਪ੍ਰਬੰਧ ਸਾਡੀਆਂ ਸੋਚਾਂ ਮੁਤਾਬਕ, ਸਾਡੇ ਗੁਰੂ ਦੀਆਂ ਸੋਚਾਂ ਮੁਤਾਬਕ ਚੱਲੂਗਾ ਜੀ। ਜੋ ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤੇ ਨੇ ਨਾ ਜੀ, ਸਾਡਾ ਜਿਹੜਾ ਧਾਰਮਿਕ ਸਥਾਨ ਹੈ ਨਾ, ਸਾਡੇ ਸਿੱਖਾਂ ਦੇ ਸਿਧਾਂਤਾਂ ਦੇ ਹਿਸਾਬ ਨਾਲ ਚੱਲੇਗਾ, ਕਿਸੇ ਦੇ ਹਿਸਾਬ ਨਾਲ ਨਹੀਂ ਚੱਲੇਗਾ ਜੀ। ਆਉਣ ਜਾਣ ਦੀ ਕਿਸੇ ਨੂੰ ਮਨਾਏਗੀ ਜੀ? ਆਪਾਂ ਇੱਕ ਕਹਿ ਦਿੰਦੇ ਸਾਰਿਆਂ ਦਾ ਸਾਂਝਾ, ਬਿਲਕੁਲ ਸਾਂਝਾ ਨੀਗਾ ਜੀ। ਉਹ ਸਿੱਖਾਂ ਦਾ ਧਾਰਮਿਕ ਸਥਾਨ ਆ ਜੀ, ਆਸ ਕੋਈ ਵੀ ਸਕਦਾ ਆ ਜੀ। ਠੀਕ ਆ, ਇਹ ਚੀਜ਼ ਜਿਹੜੀ ਕਿਸੇ ਵੀ ਗੁਰੂ ਘਰ ਦੇ ਵਿੱਚ ਹੋਈ, ਇਹ ਤੇ ਕਾਫੀ ਸਿੱਖਾਂ ਦੇ ਜਿਹੜੇ ਮਤਲਬ ਫੇਸ ਪਹੁੰਚੀ ਉਹਨਾਂ ਦੇ ਮਨਾਂ ਨੂੰ, ਕਿ ਗੁਰੂ ਘਰ ਦੇ ਵਿੱਚ ਨਹੀਂ ਹੋ ਸਕਦਾ ਜੀ, ਕਿ ਤੁਸੀਂ ਉੱਥੇ ਨਮਾਜ਼ ਪੜ੍ਹੋ, ਜਾਂ ਕੋਈ ਆ ਕੇ ਕੱਲ ਨੂੰ ਕਹੇ ਹਨੂੰਮਾਨ ਚਾਲੀਸਾ ਪੜ੍ਹਨੀ, ਕੋਈ ਕਹੇਗਾ ਜੀ ਅਸੀਂ ਈਸਾਈਅਤ ਦਾ ਪ੍ਰਚਾਰ ਕਰਨਾ, ਨਹੀਂ, ਅਸੀਂ ਸਭ ਦਾ ਸਤਿਕਾਰ ਕਰਦੇ ਜੀ, ਅਸੀਂ ਹਿੰਦੂ ਧਰਮ ਦਾ ਵੀ ਸਤਿਕਾਰ ਕਰਦੇ, ਅਸੀਂ ਆਪਣਾ ਮੁਹੰਮਦ ਸਾਹਿਬ ਦਾ ਵੀ ਸਤਿਕਾਰ ਕਰਦੇ, ਮੁਸਲਮਾਨ ਧਰਮ ਦਾ ਸਤਿਕਾਰ ਕਰਦੇ, ਈਸਾਈਆਂ ਦਾ ਵੀ ਕਰਦੇ ਜੀ। ਪਰ ਜਿਹੜੀ ਚੀਜ਼ ਉਹ ਹੋਈ ਹੈ ਉਹ ਗਲਤ ਹੋਈ ਹੈ, ਤੁਸੀਂ ਵੇਖ ਸਕਦੇ ਕਿ ਸੋਸ਼ਲ ਮੀਡੀਆ ਤੇ ਸਿੱਖ ਬਹੁਤ ਜਲਦੀ ਆਪਣਾ ਰਿਐਕਸ਼ਨ ਦਿੰਦੇ ਆ, ਤੇ ਉਹ ਰਿਐਕਸ਼ਨ ਦਿੱਤਾ ਵੀ ਜੀ। ਤੇ ਜਿਹੜਾ ਇਹਨਾਂ ਨੇ ਆਪਣਾ ਸ਼ਿਵ ਸੈਨਾ ਵਾਲਿਆਂ ਨੇ ਚਿੱਠੀ ਪੱਤਰ ਲਿਖਿਆ, ਤੁਹਾਨੂੰ ਪਤਾ ਵੀ ਇਹ ਹਉਮੈ ਦੇ ਮਾਰੇ ਹੋਏ ਨੇ, ਜ਼ਹਿਰ ਦੇ ਭਰੇ ਹੋਏ ਨੇ, ਇਹਨਾਂ ਲੋਕਾਂ ਨੇ ਜ਼ਹਿਰ ਗਲਸ਼ਣਾ ਹੀ ਗਲਸ਼ਣਾ ਹੈ। ਤੇ ਉਹ ਹਉਮੈ ਦੇ ਭਰੇ ਹੋਣ ਕਰਕੇ ਉਹਨਾਂ ਨੇ ਜਿਹੜੀ ਘਟੀਆ ਜਿਹੜੀ ਹਰਕਤ ਕੀਤੀ ਆ, ਕਿ ਸਾਨੂੰ ਜੀ ਭਾਈਚਾਰਕ ਸਾਂਝ ਵਧਾਉਣੀ। ਦੇਖੋ ਕੱਲ ਨੂੰ ਕੋਈ ਸਿੱਖ, ਮਾਫ਼ ਕਰਿਓ, ਕੱਲ ਨੂੰ ਕੋਈ ਸਿੱਖ ਉੱਠ ਕੇ ਕਹੇ ਕਿ ਮੈਂ ਹਿੰਦੂਆਂ ਨਾਲ ਬੜਾ ਪਿਆਰ ਕਰਦਾ ਵਾ, ਔਰ ਜਿਹੜੀ ਤੁਹਾਡੀ ਵੈਸ਼ਨੋ ਦੇਵੀ ਆ ਉੱਥੇ ਜਾ ਕੇ ਮੈਂ ਲੰਗਰ ਲਾਉਣਾ ਚਾਹੁੰਦਾ ਵਾ, ਤੇ ਉਹ ਲੰਗਰ ਦੀ ਜਿਹੜੀ ਦਾਲ ਬਣੂਗੀ ਉਹਨੂੰ ਮੈਂ ਲਸਣ ਦਾ ਤੇ ਅਦਰਕ ਦਾ ਗੰਢੇ ਦਾ ਤੜਕਾ ਲਾ ਕੇ ਤੇ ਉੱਥੇ ਚੜਾਊਗਾ ਮਾਤਾ ਦੇ ਅੱਗੇ, ਕਿਸੇ ਨੂੰ ਮਾੜਾ ਨੀ ਕਹਿੰਦੇ, ਉੱਥੇ ਭਾਈ ਸਾਹਿਬ ਜਿਹੜੀ ਤਲਾਸ਼ੀ ਹੁੰਦੀ ਨਾ ਉਹ ਇਸ ਕਰਕੇ ਹੁੰਦੀ ਆ
ਇੱਥੇ ਕੋਈ ਗੰਢਾ ਤੇ ਪਿਆਜ਼ ਨਾ ਲੈ ਜਾਏ, ਕਿਉਂਕਿ ਉਹ ਮਤਲਬ ਮਨਾ ਕਰਦੇ ਇਸ ਚੀਜ਼ ਨੂੰ ਕਿ ਗੰਢੇ ਨੂੰ ਤੇ ਲਸਣ ਨੂੰ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਥੂਮ ਕਹਿ ਦਿੰਦੇ ਹਾਂ, ਥੂਮ ਤੋਂ ਮਤਲਬ ਮਨਾ ਕਰਦੇ ਖਾਣ ਤੋਂ, ਤੇ ਉਹ ਮਨਾਈ ਵੀ ਆ। ਜੇ ਕੱਲ ਨੂੰ ਕੋਈ ਸਿੱਖ ਜਾਂ ਮੁਸਲਮਾਨ ਕੋਈ ਕਵੇ ਜੀ ਮੈਂ ਦੇਵੀ ਦਾ ਉਪਾਸ਼ਕ ਆ ਮੈਂ, ਤੇ ਮੈਂ ਉੱਥੇ ਜਾ ਕੇ ਲੰਗਰ ਲਾਉਣਾ ਤੇ ਦਾਲ ਦੇ ਵਿੱਚ ਤੜਕਾ ਲਾਉਣਾ ਵਾ, ਮੈਂ ਲਸਣ ਅਦਰਕ ਦਾ, ਤੇ ਜਾ ਕੇ ਮਾਤਾ ਜੀ ਨੂੰ ਭੋਗ ਲਾਉਣਾ, ਤੇ ਇਹਨਾਂ ਦੇ ਹਿਰਦਿਆਂ ਤੇ ਵੀ ਉਹੋ ਜਿਹੀ ਸੱਟ ਵੱਜੂਗੀ ਜੋ ਸਾਨੂੰ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਜਿਹੜੀ ਹਨੂੰਮਾਨ ਚਾਲੀਸਾ ਪੜ੍ਹਨ ਵਾਲੀ ਜਿਹੜੀ ਗੱਲ ਕੀਤੀ ਆ ਬੜੀ ਘਟੀਆ ਜੀ ਗੱਲ ਕੀਤੀ ਆ। ਜੀ ਭੁਪਿੰਦਰ ਸਿੰਘ ਜੀ, ਤੁਸੀਂ ਇੱਕ ਨਾ ਲਫ਼ਜ਼ ਬੋਲਿਆ ਕਿ ਹਉਮੈ ਵਸ ਹੋ ਕੇ ਉਹ ਇਹ ਸਾਰਾ ਕੁਝ ਕਰਦੇ ਆ। ਮੈਂ ਨਾ ਜਦੋਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀਗਾ, ਕੱਲ੍ਹ ਪੱਤਰਕਾਰ ਸੱਜਣ ਉਹਨਾਂ ਦੇ ਨਾਲ ਇੰਟਰਵਿਊ ਕਰ ਰਿਹਾ ਸੀਗਾ, ਤਾਂ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਨਾ ਹਉਮੈ ਨਹੀਂ ਝਲਕਦੀ ਹੈਗੀ। ਵੈਸੇ ਮੈਂ ਆਪਣੀ ਗੱਲ ਕਰਦਿਆਂ, ਮੇਰੀ ਆਪਣੀ ਰਾਏ ਆ, ਮੈਨੂੰ ਲੱਗਦਾ ਕਿ ਹਉਮੈ ਦੀ ਜਗ੍ਹਾ 'ਤੇ ਨਾ ਉਹ ਸ਼ਰਾਰਤ ਕਰਦੇ ਆ। ਸ਼ਰਾਰਤ ਹਉਮੈ ਤਾਂ ਹੈ ਨਹੀਂ ਇਹਨਾਂ ਦੇ ਅੰਦਰ, ਸ਼ਰਾਰਤ ਲੱਗਦੀ ਮੈਨੂੰ ਜ਼ਿਆਦਾ। ਭੁਪਿੰਦਰ ਸਿੰਘ ਜੀ ਗੱਲ ਪਤਾ ਕੀ ਹੈ, ਵੇਖੋ ਆਪਾਂ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹਾਂ ਨਾ ਜੀ, ਆਪਾਂ ਸਿੱਖ ਸਮਾਜ ਦੇ ਵਿੱਚ ਰਹਿੰਦੇ ਹਾਂ, ਜ਼ਿਆਦਾਤਰ ਸਾਡਾ ਜਿਹੜਾ ਬਾਣੀ ਪੜ੍ਹਨ ਵਾਲਿਆਂ ਦੇ ਨਾਲ ਵਾਹ ਪੈਂਦਾ ਵਾ ਜੀ। ਤੇ ਮੈਂ ਤੇ ਚਲੋ ਮੇਰੀ ਇੰਨੀ ਬਾਣੀ ਨਹੀਂ ਗੀ, ਪਰ ਮੈਂ ਬਾਣੀ ਪੜ੍ਹਨ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਵਿਚਰਦਾ ਵਾਂ ਜੀ। ਉਹਨਾਂ ਦੇ ਲਫ਼ਜ਼ ਤੇ ਆਮ ਇਨਸਾਨ ਦੇ ਲਫ਼ਜ਼ਾਂ ਦਾ ਨਾ ਫਰਕ ਪੈ ਜਾਂਦਾ ਹੈ। ਉਹਨਾਂ ਦੇ ਨਾਲ ਰਹਿ ਕੇ ਸਾਨੂੰ ਉਹਨਾਂ ਦੀ ਭਾਸ਼ਾ ਜਿਹੜੀ ਆ ਉਹ ਅਸੀਂ ਅਡੋਪਟ ਕਰਦੇ ਹਾਂ, ਕਿਹੜੇ ਜਿਹੜੇ ਸੌਖਾ ਲਫ਼ਜ਼ ਜਿਹੜਾ ਵਰਤਿਆ ਜਾਵੇ ਹਨਾ, ਜਿਹਦਾ ਕਿਸੇ ਨੂੰ ਪਿੰਚ ਨਾ ਹੋਵੇ ਜੀ। ਤੇ ਇਸ ਕਰਕੇ ਜਿਹੜਾ ਆਪਾਂ ਥੋੜਾ ਜਿਹਾ ਭਾਸ਼ਾ ਦੇ ਵਿੱਚ ਫਰਕ ਆ ਜਾਂਦਾ ਹੈ ਤੇ ਉਹਨਾਂ ਦੀ ਸ਼ਰਾਰਤ ਹੀ ਜੀ ਜੀ, ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਨਾ ਸਮਾਜ ਦਾ ਖਰਾਬ ਕੀਤਾ ਜਾ ਸਕੇ ਜੀ ਜੀ। ਅੱਛਾ, ਇੱਕ ਉਹਨਾਂ ਵੱਲੋਂ ਨਾ ਗੱਲ ਉਹ ਕਹਿ ਰਹੇ ਆ ਕਿ ਭਾਈਚਾਰਕ ਸਾਂਝ ਅਸੀਂ ਕਾਇਮ ਰੱਖਣਾ ਚਾਹੁੰਦੇ ਹਾਂ, ਔਰ ਜਿਹੜਾ ਪੱਤਰਕਾਰ ਸੱਜਣ ਹੈਗਾ ਨਾ ਜੀ, ਜਦੋਂ ਉਹ ਗੱਲ ਸ਼ੁਰੂ ਕਰਦਾ ਹੈਗਾ, ਮੈਂ ਜਦੋਂ ਸਾਰੀ ਗੱਲਬਾਤ ਸੁਣੀ, ਤੁਸੀਂ ਵੀ ਸੁਣੀ ਹੈ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਸੁਣੀ ਹੈ, ਉਹ ਇਹ ਗੱਲ ਕਹਿ ਰਿਹਾ, ਕਹਿੰਦਾ ਕਿ ਅੱਗੇ ਤਾਂ ਤੁਸੀਂ ਹਰ ਵਾਰ ਨੈਗੇਟਿਵ ਗੱਲਾਂ ਕਰਦੇ ਹੋ, ਅੱਜ ਤੁਸੀਂ ਇਹ ਪੋਜ਼ਿਟਿਵ ਗੱਲ ਕਿੱਦਾਂ ਕਰਨ ਲੱਗ ਪਏ? ਭਾਵ ਕਿ ਪੱਤਰਕਾਰ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਇਸ ਤਰ੍ਹਾਂ ਦੀ ਮੰਗ ਕਰਨੀ, ਇਸ ਤਰ੍ਹਾਂ ਦੀ ਗੱਲ ਕਰਨੀ ਇਹ ਪੋਜ਼ਿਟਿਵ ਹੈ, ਪੱਤਰਕਾਰ ਵੀ ਉਹਨੂੰ ਪੋਜ਼ਿਟਿਵ ਦੱਸ ਰਿਹਾ। ਮੈਨੂੰ ਇਹ ਲੱਗਦਾ ਕਿ ਪੱਤਰਕਾਰ ਵੀ ਜਾਣਦਾ ਹੀ ਨਹੀਂ ਹੈਗਾ, ਨਾ ਸਿੱਖ ਰਵਾਇਤਾਂ ਨੂੰ ਜਾਣਦਾ, ਨਾ ਉਹ ਹਿੰਦੂ ਭਾਈਚਾਰੇ ਦੀਆਂ ਰਵਾਇਤਾਂ ਨੂੰ ਜਾਣਦਾ, ਪਰ ਫਿਰ ਵੀ ਇੱਕ ਤਰਫਾ ਹੋ ਕੇ ਗੱਲ ਕਰੀ ਜਾਣ ਡਿਆ। ਦੇਖੋ ਭੁਪਿੰਦਰ ਸਿੰਘ ਜੀ, ਗੱਲ ਇਹ ਆ ਵੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਜੀ। ਪਰ ਜੇ ਮੈਂ ਆਪਦੇ ਸਕੇ ਭਰਾ ਨੂੰ ਲੱਤ ਮਾਰ ਕੇ ਬਾਹਰ ਕੱਢ ਦਾਂ ਤੇ ਚਾਰ ਮਹੱਲੇ ਛੱਡ ਕੇ ਦੂਜੇ ਦੇ ਨਾਲ ਸਾਂਝ ਪਾਵਾਂ ਤੇ ਉਹ ਭਾਈਚਾਰਕ ਸਾਂਝ, ਲੋਕ ਤੇ ਮੈਨੂੰ ਮਤਲਬ ਬੇਵਕੂਫ ਕਹਿਣਗੇ ਵੀ ਸਕੇ ਭਰਾ ਦੇ ਨਾਲ ਤੇ ਤੂੰ ਵਰਤਦਾ ਨੀ ਗਾ ਜੀ, ਤੇ ਤੂੰ ਦੂਜੇ ਮਹੱਲੇ ਚ ਭਾਈਚਾਰਕ ਸਾਂਝ ਪਾਉਣ ਜਾਣ ਡਿਆ। ਜਦੋਂ ਰਾਮ ਮੰਦਿਰ ਦਾ ਇਹਨਾਂ ਨੇ ਉਦਘਾਟਨ ਕੀਤਾ, ਇਹਨਾਂ ਨੇ ਸਾਰੇ ਆਪਣੇ ਧਰਮ ਗੁਰੂ ਨੀ ਸੱਦੇ, ਉਹਨਾਂ ਨੇ ਸਾਰਿਆਂ ਨੇ ਵਿਰੋਧ ਕੀਤਾ, ਇਹ ਉਹਨੂੰ ਬਣਾਉਣ ਤੱਕ ਨੀ ਗਏ। ਤੁਸੀਂ ਆਪਣਿਆਂ ਨੂੰ ਛੱਡ ਕੇ ਜਿਹੜਾ ਆਪਣਿਆਂ ਦਾ ਨੀ ਬਣਿਆ ਸਾਡਾ ਕੀ ਬਣੂਗਾ? ਦੂਸਰੀ ਗੱਲ ਉਹ ਸਾਰਿਆਂ ਨੇ ਵਿਰੋਧ ਕੀਤਾ, ਜਿਹੜੇ ਧਰਮ ਗੁਰੂ ਸੀ ਨਾ, ਉਹਨਾਂ ਨੇ ਸਾਰਿਆਂ ਨੇ ਵਿਰੋਧ ਕੀਤਾ ਕਿ ਵੋਟਾਂ ਕਰਕੇ ਸਾਰਾ ਕੰਮ ਹੋ ਰਿਹਾ ਵਾ, ਇਹ ਸਾਰਾ ਕੁਝ ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਹੋ ਕੀ ਕਰ। ਅੱਛਾ, ਫਿਰ ਦੂਸਰੀ ਗੱਲ ਆ ਭਾਈਚਾਰਕ ਸਾਂਝ ਦੂਸਰੀ ਆ ਜਾਂਦੀ ਆ ਕਿ ਜਿਹੜੇ ਸਾਡਾ ਰਵਿਦਾਸੀਆ ਸਮਾਜ ਆ ਪੰਜਾਬ ਤੋਂ ਬਾਹਰ ਰਹਿੰਦਾ, ਜਿਹੜਾ ਸਾਡਾ ਵਾਲਮੀਕ ਸਮਾਜ ਆ ਜੀ, ਜਿਹਨਾਂ ਨੂੰ ਇਹ ਸ਼ਿਵ ਸੈਨਿਕ ਜਾਂ ਭਾਜਪਾ ਵਾਲੇ ਹਿੰਦੂ ਕਹਿੰਦੇ ਨੇ ਜੀ, ਉਹਨਾਂ ਨੂੰ ਤੇ ਮੰਦਰਾਂ ਦੇ ਵਿੱਚ ਨਹੀਂ ਵੜਨ ਦਿੰਦੇ। ਹਾਂ ਜੀ ਜੀ, ਰਾਸ਼ਟਰਪਤੀ ਤੱਕ ਨੂੰ ਵੀ ਜੀ। ਹਾਂ ਜੀ, ਆਪਾਂ ਵੇਖਿਆ ਸਾਰਾ ਕੁਝ ਜੀ ਜੀ, ਤੇ ਰਾਮਨਾਥ ਕੋਵਿੰਦ ਨੂੰ ਜਿਹੜੇ ਪਹਿਲੇ ਰਾਸ਼ਟਰਪਤੀ ਰਹੇ ਰਾਮਨਾਥ ਕੋਵਿੰਦ ਜੀ, ਉਹਨਾਂ ਨੇ ਪੌੜੀਆਂ ਦੇ ਉੱਤੇ ਬਹਿ ਕੇ ਪੂਜਾ ਕੀਤੀ,
ਹੋਣ ਵਾਲੀ ਰਾਸ਼ਟਰਪਤੀ ਦੇ ਨਾਲ ਵੀ ਇਹੋ ਜਿਹਾ ਵਿਰੋਧ ਕੀਤਾ। ਮੈਂ ਕਹਿੰਦਾ ਹਾਂ ਜੇ ਵਾਕਿਆ ਤੁਸੀਂ ਭਾਈਚਾਰਕ ਸਾਂਝ ਸ਼ੁਰੂ ਕਰਨੀ ਹੈ ਨਾ, ਆਪਦੇ ਘਰ ਤੋਂ ਕਰੋ। ਜੀ ਜੀ ਬਿਲਕੁਲ, ਆਪਣੇ ਤੋਂ ਸ਼ੁਰੂ। ਸਮਾਜ ਦੇ ਵਿੱਚ ਰਵਿਦਾਸੀਆ ਸਮਾਜ ਬਹੁਤ ਪੜ੍ਹਿਆ ਲਿਖਿਆ ਵਾ ਜੀ, ਹਾਂਜੀ ਬਹੁਤ ਪੜ੍ਹ ਗਿਆ ਰਵਿਦਾਸੀਆ ਸਮਾਜ। ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਲਾਓ, ਉਹਨਾਂ ਨੂੰ ਕਹੋ ਜੀ ਆਓ ਰਾਮ ਮੰਦਿਰ ਦੇ ਤੁਸੀਂ ਮੁੱਖ ਪੰਡਿਤ ਜੀ, ਮੁੱਖ ਪੁਜਾਰੀ ਜੇ, ਜਿਹੜਾ ਨਵਾਂ ਰਾਮ ਮੰਦਿਰ ਬਣਿਆ ਨਾ ਜੀ, ਉਹਨਾਂ ਨੂੰ ਉੱਥੇ ਬਿਠਾਓ, ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਦਿਓ। ਉਹਨਾਂ ਨੂੰ ਤੇ ਤੁਸੀਂ ਪਿੰਡਾਂ ਦੇ ਵਿੱਚ ਘੋੜੀ ਨੀ ਚੜ੍ਹਨ ਦਿੰਦੇ, ਕੁਛ ਨੀ ਰੱਖਣ ਦਿੰਦੇ ਉਹਨਾਂ ਨੂੰ ਤੁਸੀਂ। ਉਹਨਾਂ ਦੇ ਅੱਜ ਤੱਕ ਤੁਹਾਡੇ ਵੱਖਰੇ ਸਿਸਟਮ ਉਹਨਾਂ ਦੇ ਬਣਾਏ, ਉਹਨਾਂ ਦੇ ਭਾਂਡੇ ਵੱਖਰੇ ਕੀਤੇ ਤੁਸੀਂ ਮੰਦਰਾਂ ਚ, ਤੁਸੀਂ ਉਹਨਾਂ ਨੂੰ ਨੀ ਵੜਨ ਦਿੰਦੇ, ਤੇ ਸਾਡੇ ਨਾਲ ਕਾਹਦੀ ਤੁਸੀਂ ਭਾਈਚਾਰਕ ਸਾਂਝ ਨਿਭਾਉਣੀ? ਜੀ 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 ਵਾਕਿਆ ਵਾਕਿਆ। ਔਰ ਜਦੋਂ ਕਿ ਭਾਈਚਾਰਕ ਸਾਂਝ ਜੀ, ਹਾਂਜੀ ਜੀ ਬਿਲਕੁਲ, ਜਦੋਂ ਕਿ ਆਪਾਂ ਸਿੱਖ ਧਰਮ ਵੱਲ ਜਦੋਂ ਵੇਖਦੇ ਹਾਂ ਤੇ ਉਪਦੇਸ਼ ਚੌ ਵਰਨੋ ਕੋ ਸਾਂਝਾ, ਮੈਨੂੰ ਲੱਗਦਾ ਕਿ ਜਿਹੜੇ ਇਹਦੇ ਅਰਥ ਵੀ ਨਾ ਕਈ ਵਾਰ ਕਰਦੇ ਆ ਕਿ ਚਾਰ ਦਰਵਾਜ਼ੇ ਖੁੱਲ੍ਹੇ ਆ ਸਾਰਿਆਂ ਦੇ ਵਾਸਤੇ, ਸਾਰੇ ਜਾਣੇ ਉੱਥੇ ਆ ਸਕਦੇ ਆ, ਇਹਦੀ ਵਿਆਖਿਆ ਨਾ ਫਿਰ ਦੂਜੇ ਪਾਸੇ ਨੂੰ ਲੈ ਜਾਂਦੇ ਆ ਉਹ, ਕਿ ਸਾਰੇ ਜਾਣੇ ਵੀ ਇੱਥੇ ਚਾਰੇ ਜਾਣੇ ਚਾਰੇ ਵਰਗਾਂ ਦੇ ਲੋਕ ਆ ਸਕਦੇ ਆ, ਆਪੋ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਫਿਰ ਉੱਥੋਂ ਉੱਥੇ ਆਣ ਕੇ ਅਤੇ ਉਹ ਸਾਰੀ ਕਿਰਿਆ ਕਰ ਸਕਦੇ ਆ, ਇਹਦੇ ਅਰਥ ਉਹ ਇੱਧਰੋਂ ਲੈ ਜਾਂਦੇ ਆ। ਮੈਨੂੰ ਲੱਗਦਾ ਕਿ ਜਦੋਂ ਕਿ ਇਹਦੀ ਅਰਥ ਤਾਂ ਇਹ ਹੈਗਾ ਕਿ ਚਾਰੋ ਹੀ ਦਰਵਾਜ਼ੇ ਸਾਰਿਆਂ ਵਾਸਤੇ ਖੁੱਲ੍ਹੇ ਆ, ਭਾਵ ਕਿ ਇੱਥੇ ਤੁਹਾਡੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ, ਤੁਸੀਂ ਸਾਰੇ ਜਣੇ ਆਓ ਇੱਕੋ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ, ਭਾਈਚਾਰਕ ਸਾਂਝ ਮੈਨੂੰ ਲੱਗਦਾ ਕਿ ਉਹ ਆਇਆ, ਬਟ ਇਹਦੀ ਉਹ ਗਲਤ ਵਿਆਖਿਆ ਕਰ ਰਹੇ ਆ ਜੀ। ਬਿਲਕੁਲ ਬਿਲਕੁਲ, ਦੇਖੋ ਆ ਚਾਰ ਦਰਵਾਜ਼ਿਆਂ ਦਾ ਮਤਲਬ ਵੀ ਤੁਸੀਂ ਚਾਰਾਂ ਦਰਵਾਜ਼ਿਆਂ ਚੋਂ ਕੋਈ ਵੀ ਕਿਸੇ ਵੀ ਦਰਵਾਜ਼ੇ ਥਾਲੀ ਆ ਸਕਦਾ ਵਾ ਜੀ, ਪਰ ਸਿਧਾਂਤ ਜਿਹੜੇ ਸਿੱਖਾਂ ਦੇ ਰਹਿਣਗੇ, ਤੁਹਾਨੂੰ ਸਾਡੇ ਸਿਧਾਂਤਾਂ ਦੇ ਹਿਸਾਬ ਨਾਲ ਹੀ ਚੱਲਣਾ ਪਏਗਾ ਜੀ। ਜੀ ਜੀ ਭੁਪਿੰਦਰ ਸਿੰਘ ਜੀ, ਇੱਕ ਮੈਂ ਹੋਰ ਗੱਲ ਸੋਚਦਾ ਹੁੰਦਾ ਵੀ ਜਦੋਂ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਭਾਈਚਾਰਕ ਸਾਂਝ, ਅਸੀਂ ਤੁਹਾਡੇ ਦੁੱਖ ਦਰਦ ਦੇ ਵਿੱਚ ਸ਼ਰੀਕ, ਤੁਸੀਂ ਸਾਡਾ ਹੀ ਇੱਕ ਹਿੱਸਾ ਹੋ, ਤਾਂ ਉਸ ਵੇਲੇ ਫਿਰ ਮੈਂ ਨਾ ਕਈ ਵਾਰ ਇਹ ਸੋਚਦਾ ਹੁੰਦਾ ਕਿ ਜਦੋਂ ਕਿਸੇ ਦੇ ਉੱਪਰ ਵੀ ਕੋਈ ਮੁਸੀਬਤ ਆਉਂਦੀ ਹੈ, ਕਿਸੇ ਦੇ ਉੱਪਰ ਵੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ, ਆਪਾਂ ਸਾਰੇ ਜਣੇ ਵੇਖਦੇ ਹਾਂ ਕਿ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਰਾ ਜੀਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਦੇ ਉੱਪਰ ਦੇ ਫਲਸਫੇ ਦੇ ਉੱਪਰ ਆਪਣਾ ਵਿਸ਼ਵਾਸ ਪ੍ਰਗਟਾਉਣ ਵਾਲੀ ਔਰ ਉਹਦੇ 'ਤੇ ਪਹਿਰਾ ਦੇਣ ਵਾਲੀ ਸਿੱਖ ਕੌਮ, ਲੋਕਾਂ ਦੇ ਮੂੰਹਾਂ ਦੇ ਵਿੱਚ ਜਾ ਕੇ ਬੁਰਕੀਆਂ ਪਾਉਂਦੀ ਹੈ ਔਰ ਮਜ਼ਲੂਮਾਂ ਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਖੜ੍ਹੀ ਹੁੰਦੀ ਹੈ। ਔਰ ਆਪਾਂ ਇਹ ਗੱਲ ਵੇਖਦੇ ਹਾਂ ਕਈ ਵਾਰ ਜਿਹੜੇ ਭਾਈਚਾਰਕ ਸਾਂਝ ਦੀ ਜਦੋਂ ਗੱਲ ਇੱਦਾਂ ਕਰਦੇ ਹੈਗੇ ਆ, ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ ਕਿਧਰੇ ਵੀ, ਉਸ ਵੇਲੇ ਤੁਹਾਡੇ ਬਰਾਬਰ ਨਾਲ ਆਣ ਕੇ ਖੜ੍ਹੇ ਨਹੀਂ ਦੀਦੇ ਹੁੰਦੇ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਹੁਰਮਤੀ ਹੁੰਦੀ ਆ, ਸਮੇਂ ਦੀ ਹਕੂਮਤ ਉੱਥੇ ਚੜ੍ਹ ਕੇ ਆਉਂਦੀ ਹੈ, ਉਸ ਵੇਲੇ ਜਾਂ ਤਾਂ ਫਿਰ ਕਹਿਣ ਕਿ ਸਮੇਂ ਦੀ ਹਕੂਮਤ ਜਿਹਨਾਂ ਨੂੰ ਜਿਨ੍ਹਾਂ ਨੇ ਦੁਰਗਾ ਮਾਂ ਦਾ ਖਿਤਾਬ ਦਿੱਤਾ ਸੀ ਇੰਦਰਾ ਗਾਂਧੀ ਨੂੰ, ਜਾਂ ਤਾਂ ਫਿਰ ਉਹਨਾਂ ਨੂੰ ਰੱਦ ਕਰਨ, ਅਤੇ ਥੋੜ੍ਹੀ ਜਿਹੀ ਤਾਂ ਸਮਝ ਆਵੇ ਗੱਲ ਨਾ ਕਿ ਭਾਈਚਾਰਕ ਸਾਂਝ ਵੀ ਹੈਗੀ ਆ, ਉਹ ਤਮੰਨਾ ਇਹਨਾਂ ਦੇ ਅੰਦਰ ਹੈਗੀ ਆ ਉਸ ਗੱਲ ਦੀ, ਉਹ ਸਾਰਾ ਕੁਛ ਤਾਂ ਕਰਦੇ ਨਹੀਂ ਹੈਗੇ, ਕਿੱਦਾਂ ਸੋਚਦੇ ਹੋ? ਦੇਖੋ ਇਹਨਾਂ ਦੇ ਵਿੱਚ ਨਾ ਬਹੁ ਗਿਣਤੀ ਜਿਹੜੀ ਇਸ ਵੇਲੇ ਨਾ ਭੁਪਿੰਦਰ ਸਿੰਘ ਜੀ ਜ਼ਹਿਰ ਭਰ ਚੁੱਕਾ ਆ ਜੀ, ਉਹ ਇਹ ਮਤਲਬ ਕਈ ਵੀਰ ਆਪਣੇ ਕਹਿ ਦਿੰਦੇ ਆ ਵੀ ਸਿੱਖ ਕੌਮ ਨਾ ਬੜੇ ਕਰਾਹੇ ਤੇ ਖੜੀ ਹੈ ਜੀ, ਤੇ ਇੱਕ ਵੀ ਗਲਤ ਡਿਸੀਜਨ ਸਾਨੂੰ ਪਿੱਛੇ ਲੈ ਜੂਗਾ, ਪਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦਾ ਵਾ ਸਿੱਖ ਕੌਮ ਤੇ ਖੜੀ ਖੜੀ ਸਿੱਖ ਕੌਮ ਦੀਆਂ ਜੜ੍ਹਾਂ ਬਹੁਤ ਡੂੰਘੀਆਂ, ਹਿੰਦੂ ਜਿਹੜੇ ਨੇ ਨਾ ਜਿਹੜੇ ਆਪਣੇ ਆਪਣੇ ਹਿੰਦੂ ਕਹਿੰਦੇ ਨੇ, ਕੱਟੜ ਹਿੰਦੂ ਬੜੇ ਕੜਾਹੇ ਤੇ ਖੜੇ ਨੇ। ਗੁਰਬਾਣੀ ਦੀ ਇੱਕ ਪੰਕਤੀ ਹੈ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਜੀ। ਦੇਖੋ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਪ ਕਿੰਨਾ ਵੱਧ ਗਿਆ ਜੀ 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 ਵਾਕਈ, ਭਾਜਪਾ ਦੀਆਂ ਸਰਕਾਰਾਂ ਆਉਣ ਤੋਂ ਬਾਅਦ ਭਾਜਪਾ ਦੇ ਮੰਤਰੀਆਂ ਨੇ MLA ਨੇ ਕਿਵੇਂ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ, ਜੇ ਉਹਨਾਂ ਨੇ ਆਵਾਜ਼ ਚੁੱਕੀ ਤੇ ਉਹਨਾਂ ਦੇ ਪਰਿਵਾਰ ਤੱਕ ਮਰਵਾ ਦਿੱਤੇ, ਉਹਨਾਂ ਦੇ ਜਬਰੀ ਸੰਸਕਾਰ ਕਰ ਦਿੱਤੇ, ਕਈਆਂ ਦੇ ਪੋਸਟਮਾਰਟਮ ਨਹੀਂ ਹੋਣ ਦਿੱਤੇ, ਕਿੰਨਾ ਕੁੱਝ ਹੋਇਆ ਜੀ ਵਾਕਈ ਵਾਕਈ ਕਾਫੀ ਕੁਛ।
ਹੋ ਰਿਹਾ ਜੀ, ਉਹ ਉਹਨਾਂ ਦੇ ਅੰਦਰ ਜਿਹੜੀ ਇੰਨੀ ਇੱਕ ਮਤਲਬ ਨਫ਼ਰਤ ਦੀ ਜਿਹੜੀ ਅੱਗ ਹੈ ਨਾ ਉਹ ਭਰੀ ਜਾ ਰਹੀ ਹੈ ਜੀ। ਉਹ ਹਾਲਾਤ ਉਹ ਹੋਣੇ ਨੇ, ਇੱਕ ਨੋਕੀਆ ਦਾ ਮੋਬਾਈਲ ਦੇ ਵਿੱਚ ਸੱਪ ਵਾਲੀ ਗੇਮ ਹੁੰਦੀ ਸੀ ਨਾ, ਸੱਪ ਵੱਡਾ ਹੁੰਦਾ ਜਾਂਦਾ ਵੱਡਾ ਹੁੰਦਾ ਜਾਂਦਾ, ਹਾਂਜੀ ਹਾਂਜੀ, ਉਹ ਏਡਾ ਕੁ ਵੱਡਾ ਹੋ ਜਾਂਦਾ ਉਹ ਆਪਣੀ ਪੂਛ ਨੂੰ ਮੂੰਹ ਲਾ ਕੇ ਤੇ ਆਪਣੇ ਆਪ ਨੂੰ ਖਤਮ ਕਰ ਲੈਂਦਾ। ਜੀ ਜੀ, ਇਹ ਹਾਲਾਤ ਜਿਹੜੇ ਸਾਡੇ ਸਨਾਤਨੀ ਵੀਰ ਹੈ ਨਾ ਬਹੁਤ ਚੰਗੇ ਨੇ, ਇਹਨਾਂ ਦੇ ਵਿੱਚ ਅੱਜ ਵੀ ਚੰਗਿਆਂ ਦੀ, ਅੱਜ ਵੀ ਚੰਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਗਿਣਤੀ ਜੀ। ਪਰ ਉਹਨਾਂ ਨੂੰ ਜਿਹੜਾ ਚਸ਼ਮਾ, ਧਰਮ ਦਾ ਚਸ਼ਮਾ ਲਾ ਕੇ ਤੇ ਉਹਨਾਂ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ ਵਾ, ਜਿਹੜਾ ਇਹਨਾਂ ਵਾਸਤੇ ਬਹੁਤ ਨੁਕਸਾਨਦੇਹ ਹੋਊਗਾ ਅੱਗੇ ਜਾ ਕੇ ਜੀ। ਭੁਪਿੰਦਰ ਸਿੰਘ ਜੀ, ਕਿਵੇਂ ਦੇਖਦੇ ਹੋ, ਪਹਿਲਾਂ ਸੁਧੀਰ ਸੂਰੀ ਤੁਹਾਡੇ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਰਹਿੰਦਾ ਸੀਗਾ, ਪਹਿਲਾਂ ਉਹਦੇ ਵੱਲੋਂ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਹੈ, ਅਸੀਂ ਉੱਥੇ ਇੱਕ ਦਿਨ ਕਬਜ਼ਾ, ਮਤਲਬ ਕਿ ਉਹਦੇ ਵੱਲੋਂ ਇੱਦਾਂ ਦੀਆਂ 2% ਮਸਲ ਕੇ ਰੱਖ ਦਿਆਂਗੇ, ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ। ਉਸ ਤੋਂ ਬਾਅਦ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਤੋਂ ਬਾਅਦ ਕੀ ਵਾਪਰਿਆ ਉਹਦੇ ਨਾਲ, ਔਰ ਸੰਦੀਪ ਸਿੰਘ ਸੰਨੀ ਨਾਂ ਦਾ ਨੌਜਵਾਨ ਅੱਜ ਵੀ ਅੰਮ੍ਰਿਤਸਰ ਦੀ ਜੇਲ੍ਹ ਦੇ ਅੰਦਰ ਬੰਦ ਹੈ, ਔਰ ਮੈਂ ਵੇਖਦਾ ਕਿ ਉੱਦਾਂ ਦੇ ਸ਼ਿਵ ਸੈਨਾ ਦੇ ਆਗੂ, ਇੰਨਾ ਕੁਛ ਵਾਪਰ ਗਿਆ ਉਹਦੇ ਨਾਲ ਵੀ ਜੋ ਕੁਝ ਹੋ ਗਿਆ ਸਾਰਿਆਂ ਦੇ, ਸਾਰਾ ਕੁਝ ਸਾਹਮਣੇ ਹੋਣ ਦੇ ਬਾਵਜੂਦ ਫਿਰ ਮਤਲਬ ਕਿ ਵਾਰ ਵਾਰ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਹੀ ਜਾਂ ਦਰਬਾਰ ਸਾਹਿਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਇਹਨਾਂ ਦੇ ਵੱਲੋਂ, ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਕੋਈ ਹੋਰ ਖਾਸ ਠੋਸ ਕਾਰਨ ਵੀ ਹੋ ਸਕਦਾ ਕੋਈ, ਜਾਂ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਪਿੱਛੇ ਕਿਸੇ ਦੀ ਸ਼ੈ ਵੀ ਹੋ ਸਕਦੀ ਹੈ? ਕਿਉਂਕਿ ਜਦੋਂ ਨਾ ਆਪਾਂ ਇਕੱਲੇ ਇਹਨਾਂ ਦੇ ਚਿਹਰੇ ਮੋਹਰੇ ਵੇਖਦੇ ਹਾਂ ਤਾਂ ਮੈਨੂੰ ਕਈ ਵਾਰ ਇਹ ਲੱਗਦਾ ਹੈਗਾ ਕਿ ਆਪ ਤੇ ਇੰਨੇ ਜੋਗੇ ਹੈ ਨਹੀਂ ਹੈ ਇਹ, ਕੀ ਲੱਗਦਾ ਤੁਹਾਨੂੰ ਇਹਨਾਂ ਦੇ ਪਿੱਛੇ ਕੋਈ ਤਾਕਤ ਵੱਡੀ ਹੋ ਸਕਦੀ ਹੈ? ਵੇਖੋ ਭਾਜੀ, ਕਈਆਂ ਦੇ ਡੀ ਐਨ ਏ ਦੇ ਵਿੱਚ ਨਾ ਫਰਕ ਪੈ ਜਾਂਦਾ ਵਾ, ਕਈਆਂ ਦੇ ਡੀ ਐਨ ਏ ਚ ਜ਼ਹਿਰ ਭਰ ਜਾਂਦਾ ਹੈ, ਉਹ ਜਿਹੜਾ ਡੀ ਐਨ ਏ ਗਾਂਹ ਦੇ ਗਾਂਹ ਫੈਲਦਾ ਜਾਂਦਾ, ਗਾਂਹ ਦੇ ਗਾਂਹ ਫੈਲਦਾ ਜਾਂਦਾ, ਬਹੁਤ ਜ਼ਿਆਦਾ ਫੈਲ ਗਿਆ ਜਿਹੜਾ ਡੀ ਐਨ ਏ ਨਾ, ਗਲਤ ਡੀ ਐਨ ਏ ਉਹਦੇ ਵਿੱਚ। ਤੁਸੀਂ ਵੇਖੋ ਵੀ 84 ਦੇ ਵਿੱਚ ਸਾਡੇ ਨਾਲ ਹੋਇਆ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ, ਪੂਰੇ ਭਾਰਤ ਦੇ ਵਿੱਚ, ਖਾਸ ਕਰਕੇ ਜ਼ਿਆਦਾ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਇਹ ਕੰਮ ਹੋਇਆ ਜੀ। 2002 ਦੇ ਵਿੱਚ ਗੁਜਰਾਤੀਆਂ ਦੇ ਨਾਲ ਹੋਇਆ ਜੀ, ਤੇ 2023 ਦੇ ਵਿੱਚ ਅਸਾਈਆਂ ਦੇ ਨਾਲ ਹੋਇਆ ਜੀ। ਜੀ, ਆਪਾਂ ਚਾਰ ਮੇਨ ਧਰਮ ਲੈ ਕੇ ਚੱਲਦੇ ਹਾਂ ਨਾ, ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਜੀ, ਸਾਰਿਆਂ ਦੇ ਨਾਲ ਤੇ ਇਹਨਾਂ ਨੇ ਨਸਲ ਕੁਛੀ ਕਰਕੇ ਵੇਖ ਲਈ, ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਜਿੱਤਾਂ ਲੁੱਟ ਲਈਆਂ, ਕਿੱਥੋਂ ਤੱਕ ਕਿ ਇੱਕ ਜਿਹੜੀ ਗੁਜਰਾਤ ਦੀ ਜਿਹੜੀ ਬੀਬੀ ਬੀਬੀ ਬਾਨੋ, ਕੀ ਉਹਨਾਂ ਦਾ ਨਾਂ ਸੀਗਾ ਜੀ, ਬਿਲਕਿਸ ਬਾਨੋ, ਬੀਬੀ ਬਿਲਕਿਸ ਬਾਨੋ, ਬਿਲਕਿਸ ਬਾਨੋ ਜਿਹੜੀ ਸੀਗੀ, ਹਾਂਜੀ ਹਾਂਜੀ, ਉਹ ਪ੍ਰੈਗਨੈਂਟ ਸੀਗੇ, ਉਹਨਾਂ ਦਾ ਕੀ ਅਸਰ ਕੀਤਾ, ਬਲਾਤਕਾਰ ਕੀਤਾ, ਪਰਿਵਾਰ ਮਾਰ ਦਿੱਤਾ, ਸਾਡੀਆਂ ਧੀਆਂ ਭੈਣਾਂ ਦੇ ਨਾਲ ਕੀ ਹੋਇਆ, ਉਹ ਜਿਹੜਾ ਡੀ ਐਨ ਏ ਨਾ ਉਹ ਮਤਲਬ ਫੈਲ ਗਿਆ, ਬਹੁਤ ਜ਼ਿਆਦਾ ਫੈਲ ਗਿਆ ਜੀ। ਤੇ ਵੇਖੋ ਜੇ ਸ਼੍ਰੀਨਗਰ ਦੇ ਵਿੱਚ ਜੇ ਅੱਜ ਆਪਾਂ ਜਾਈਏ ਤੇ ਇਹ ਜਿਹੜੇ ਕੱਟੜਵਾਦੀ ਨੇ ਇਹਨਾਂ ਦੀ ਮੁਸਲਮਾਨਾਂ ਦੇ ਨਾਲ ਨਹੀਂ ਬਣਦੀ, ਆਪਣਾ ਯੂਪੀ ਦੇ ਵਿੱਚ ਵੇਖੋ ਕੀ ਹੋ ਰਿਹਾ, ਵੀ ਉਹਨਾਂ ਦੇ ਮਕਾਨ ਤੋੜੇ ਜਾ ਰਹੇ ਆ, ਬਲਡੋਜ਼ਰ ਬਾਬਾ ਕਹਿ ਕੇ ਉਹਨਾਂ ਨੂੰ ਕੀਤਾ ਜਾ ਰਿਹਾ ਵਾ। ਤੇ ਵੇਖੋ ਜਦੋਂ ਕਿਸੇ ਵੀ ਕੌਮ ਦੇ ਅੰਦਰ ਨਫ਼ਰਤ ਭਰਦੀ ਹੈ ਨਾ ਜੀ, ਉਹ ਸਮਾਂ ਆਉਣ ਤੇ ਉਹ ਜ਼ਰੂਰ ਇਹਨਾਂ ਦਾ ਜਿਹੜਾ ਨਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾਊਗਾ, ਫਿਰ ਆਪ ਸਾਰੇ ਜਾਣੇ ਤੇ ਝੱਲ ਗਏ, ਇਹਨਾਂ ਕੋਲ ਝੱਲ ਵੀ ਨਹੀਂ ਹੁੰਦਾ ਜੀ, ਇਹਨਾਂ ਕੋਲੋਂ ਝੱਲ ਵੀ ਨਹੀਂ ਹੁੰਦਾ ਫਿਰ ਜੀ, ਵਾਕਈ ਵਾਕਈ ਬੜਾ ਔਖਾ ਹੁੰਦਾ ਝੱਲਣਾ ਸਾਰਾ ਕੁਝ। ਭਾਈ ਸਾਹਿਬ ਜੀ, ਇੱਕ ਮੈਂ ਨਾ ਹੋਰ ਚੀਜ਼ ਦੇਖਦਾ ਹੈਗਾ ਕਿ ਕਈ ਵਾਰ ਨਾ ਇਹਨਾਂ ਵੱਲੋਂ, ਵੈਸੇ ਇਹਨਾਂ ਵੱਲੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਘੱਟ ਹੈਗੀਆਂ, ਪਰ ਹੋ ਸਕਦਾ ਇਹਨਾਂ ਦੇ ਜ਼ਿਹਨ ਵਿੱਚ, ਮੈਂ ਦਰਅਸਲ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ, ਕਹਿਣ ਕੱਤਣ ਨੂੰ ਮੇਰੇ ਕੋਲ ਵੀ ਬਹੁਤ ਹੈਗਾ ਪਰ ਮੈਂ ਅੱਜ ਤੁਹਾਨੂੰ ਬੁਲਾਇਆ ਹੈਗਾ, ਤੁਸੀਂ ਸਾਡੇ ਮਹਿਮਾਨ ਹੋ ਅੱਜ, ਆਪਾਂ ਸਾਰੇ ਜਣੇ ਸਮਝਦੇ ਹਾਂ ਜਾਣਦੇ ਹਾਂ ਕਿ ਸਿੱਖ ਧਰਮ ਦੀ ਫਿਲਾਸਫੀ ਕੀ ਹੈਗੀ ਆ, ਗੁਰਬਾਣੀ ਸਾਨੂੰ ਕੀ ਪ੍ਰੇਰਨਾ ਦਿੰਦੀ ਆ, ਸਿੱਖ ਰਹਿਤ ਮਰਿਆਦਾ ਔਰ ਸਿੱਖ ਇਤਿਹਾਸ ਸਾਡੀ ਪਿੱਠ ਦੇ ਉੱਪਰ ਖੜ੍ਹਾ,
ਸਾਨੂੰ ਅਗਾਂਹ ਤੋਂ ਅਗਾਂਹ ਪ੍ਰੇਰਨਾ ਕਰਦਾ ਹੈਗਾ ਕਿ ਤੁਸੀਂ ਆਪਦੇ ਜੀਵਨ ਨੂੰ ਇੱਦਾਂ ਬਸਰ ਕਰਨਾ, ਤੁਸੀਂ ਆਪਣੀਆਂ ਜਥੇਬੰਦੀਆਂ ਆਪਣੀਆਂ ਧਿਰਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਸਾਰਾ ਕੁਛ ਇੱਕ ਹੈਗਾ ਵੀ ਕਿੱਦਾਂ ਕਿਸੇ ਦੇ ਜਦੋਂ ਕੋਈ ਵੀ ਸੱਜਣ ਖੰਡੇ ਬਾਟੇ ਕੀ ਪਹੁੰਚ ਸਕਦਾ ਹੈਗਾ, ਉਸ ਤੋਂ ਬਾਅਦ ਕਿੱਦਾਂ ਤੁਹਾਡੇ ਧਰਮ ਦਾ ਹਿੱਸਾ ਬਣ ਜਾਂਦਾ, ਪਿਛਲੀ ਜਾਤ ਨਾਸ, ਪਾਤ ਨਾਸ, ਕੁੱਲ ਨਾਸ, ਪਿਛਲੇ ਕੀਤੇ ਹੋਏ ਕਰਮ ਤੱਕ ਵੀ ਨਾਸ ਹੋ ਜਾਂਦੇ ਆ। ਅੱਜ ਤੋਂ ਤੁਹਾਡਾ ਨਵਾਂ ਜਨਮ ਗੁਰੂ ਘਰ ਵਿੱਚ ਹੋਇਆ ਹੈ, ਤੁਹਾਡਾ ਪਿਛਲਾ ਸਾਰਾ ਕੁਛ ਮੁੱਕ ਹੀ ਜਾਂਦਾ ਹੈਗਾ, ਹੈ ਨਾ ਜੀ। ਤੋ ਕਈ ਵਾਰ ਨਾ ਫਿਰ ਵੀ ਕਈ ਸੱਜਣਾਂ ਦੇ ਜਿਹੜੇ ਇੱਦਾਂ ਦੇ ਬੰਦੇ ਹੈਗੇ ਆ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ, ਪਰ ਹੋ ਸਕਦਾ ਇਹਨਾਂ ਵਿੱਚੋਂ ਕਿਸੇ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਵੇ ਇੱਦਾਂ ਕਿ ਤੁਸੀਂ ਸਿੱਖਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਿੱਖ ਵੀ ਕਈ ਵਾਰ ਇੱਕ ਦੂਜੇ ਦੇ ਨਾਲ ਜਾਤ ਦੇ ਆਧਾਰ ਦੇ ਉੱਪਰ ਵਿਤਕਰਾ ਕਰਦੇ ਆ, ਕਈ ਇੱਦਾਂ ਇਹਨਾਂ ਦੇ ਮਨਾਂ 'ਚ ਕਈ ਵਾਰੀ ਆਉਂਦਾ ਹੋਊਗਾ। ਪਰ ਵੈਸੇ ਤੁਸੀਂ ਜਵਾਬ ਪਹਿਲਾਂ ਦੇ ਚੁੱਕੇ ਹੋ ਕਿ ਸਾਡੇ ਇੱਦਾਂ ਦਾ ਹੈ ਨਹੀਂ, ਸਾਡੇ 'ਤੇ ਤਖਤਾਂ ਦੇ ਜਥੇਦਾਰ ਵੀ ਜਿਹਨਾਂ ਨੂੰ ਤੁਸੀਂ ਸ਼ੂਦਰ ਸਮਝਦੇ ਹੋ ਉਹ ਰਹਿ ਚੁੱਕੇ ਨੇ ਜਾਂ ਅੱਜ ਵੀ ਹੋ ਸਕਦੇ ਨੇ, ਜੇ ਲੱਭਣਾ ਚਾਹੁਣ ਕੋਈ ਤਾਂ ਲੱਭ ਸਕਦੇ ਆ। ਪਰ ਜਿੱਦਾਂ ਤੁਸੀਂ ਪਹਿਲਾਂ ਕਹਿ ਹਟੇ ਹੋ ਕਿ ਜਿਹੜੇ ਮੰਦਰ ਦੇ ਵੱਡੇ ਪੁਜਾਰੀ ਕਿਤੇ ਤੁਸੀਂ ਲਾ ਕੇ ਵਿਖਾਓ, ਹਾਂ ਜੀ, ਉਹਨਾਂ ਦੇ ਮਨਾਂ 'ਚ ਇੱਦਾਂ ਦੇ ਸਵਾਲ ਘੁੰਮਦੇ ਰਹਿੰਦੇ। ਭੁਪਿੰਦਰ ਸਿੰਘ ਜੀ, ਇੱਕ ਤੁਹਾਨੂੰ ਮੈਂ ਹੋਰ ਮਿਸਾਲ ਦੇ ਸਕਦਾ ਵਾਂ ਜੀ, ਸਾਡੇ ਸਭ ਤੋਂ ਸਤਿਕਾਰਯੋਗ ਕੀਰਤਨੀਏ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੀ ਕੋਰੋਨਾ ਕਾਲ ਦੇ ਵਿੱਚ ਚੜ੍ਹਾਈ ਕਰਕੇ ਜਿਹੜੇ ਜੀ ਵਾਕਈ ਉਹ ਅੰਗਰੇਜ਼ ਸਿੱਖ ਸਨ ਜੀ, ਵਾਕਈ ਕਿਆ ਬਾਤ ਜੀ, ਕਿਆ ਬਾਤ। ਉਹਨਾਂ ਦਾ ਮਾਨ ਸਨਮਾਨ ਕਿੰਨਾ ਸੀਗਾ, ਤੁਸੀਂ ਇਹ ਵੇਖੋ ਕਿ ਹਰਿਮੰਦਰ ਸਾਹਿਬ ਦੇ ਵਿੱਚ ਹਜ਼ੂਰੀ ਲੱਗੀ ਜੀ, ਹਰਿਮੰਦਰ ਸਾਹਿਬ ਦੇ ਸਾਡਾ ਤੇ ਮੱਕਾ ਉਹੀ ਹੈ ਨਾ ਜੀ ਜੀ। ਅੱਛਾ, ਫਿਰ ਤੁਸੀਂ ਇਹ ਦੱਸ ਦਿਓ ਵੀ ਕਦੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਤ ਪਾਤ ਦੇ ਹਿਸਾਬ ਨਾਲ ਭਰਤੀ ਹੋਈ ਹੋਵੇ? ਨਹੀਂ ਹੁੰਦੀ। ਠੀਕ, ਸਾਡੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਕੀ ਦਿੱਤਾ ਜੀ, ਕਿ ਉਹਦੇ ਵਿੱਚ ਭਗਤ ਨਾਮਦੇਵ ਜੀ ਬੈਠੇ ਨੇ ਜੀ ਜੀ, ਵਾਕਈ ਭਗਤ ਰਵਿਦਾਸ ਜੀ ਬੈਠੇ ਨੇ ਜੀ, ਉਹਦੇ ਚ ਭਗਤ ਕਬੀਰ ਜੀ ਬੈਠੇ ਨੇ ਜੀ, ਤੇ ਸਾਡੇ ਵਾਸਤੇ ਤੇ ਜਾਤ ਪਾਤ ਵੇਖੋ ਕਿਸੇ ਗੁਰੂ ਘਰ ਦੇ ਹੁਣ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਨਾ ਦੋ ਮੜੀਆਂ ਬਣ ਗਈਆਂ, ਦੋ ਗੁਰਦੁਆਰੇ ਬਣ ਗਏ, ਸਾਡੇ ਵਾਸਤੇ ਬਹੁਤ ਮਾੜਾ ਆ ਜੀ ਜੀ। ਦਰਬਾਰ ਉਹਦੇ ਉੱਤੇ ਜਿਹੜੇ ਸਾਡੇ ਜਥੇਦਾਰ ਆ ਉਹਨਾਂ ਨੂੰ ਇਹ ਪਹਿਲ ਕਰਮੀ ਕਰਕੇ ਨਾ ਇਹ ਕੰਮ ਖਤਮ ਕਰਨਾ ਚਾਹੀਦਾ। ਪਰ ਸਾਡੇ ਸੱਚਖੰਡ ਜਿਹੜਾ ਸਾਡਾ ਜਿੱਥੋਂ ਸਾਨੂੰ ਤਾਕਤ ਮਿਲਦੀ ਹੈ, ਜਿੱਥੋਂ ਸਾਨੂੰ ਰੂਹਾਨੀਅਤ ਮਿਲਦੀ ਹੈ, ਉੱਥੇ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜੀ ਜੀ ਜੀ। ਬਾਕੀ ਉੱਥੇ ਕੁਛ ਨਹੀਂ ਹੈਗਾ ਇੱਦਾਂ ਦਾ। ਭਾਈ ਸਾਹਿਬ ਜੀ, ਸਾਡੇ ਨਾ ਬਹੁਤ ਸਾਰੇ ਸੱਜਣ ਹੋ ਸਕਦਾ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ, ਜਾਂ ਜਿਹੜੀਆਂ ਆਪਾਂ ਜਿਸ ਟੌਪਿਕ 'ਤੇ ਆਪਾਂ ਗੱਲ ਕਰ ਰਹੇ ਹਾਂ, ਕਈ ਸੱਜਣ ਨਾ ਇੱਦਾਂ ਸਾਡੇ ਸੋਚਣ ਲੱਗ ਪੈਂਦੇ ਆ ਵੀ ਨਾ ਯਾਰ ਇੱਦਾਂ ਦੀਆਂ ਗੱਲਾਂ ਕਰਿਆ ਕਰੋ, ਕੁਛ ਨਹੀਂ ਹੋਣ ਲੱਗਾ, ਇਹ ਗੁਰੂ ਨਾਨਕ ਮਹਾਰਾਜ ਦਾ ਲਾਇਆ ਹੋਇਆ ਬੂਟਾ ਆ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਹੋਇਆ ਪੰਥ ਖਾਲਸਾ, ਕੁਝ ਨਹੀਂ ਹੋਣ ਲੱਗਾ, ਬਈ ਤੁਸੀਂ ਨਾ ਇੱਦਾਂ ਦੀਆਂ ਗੱਲਾਂ ਕਰਿਆ ਕਰੋ, ਇਹਦੇ ਨਾਲ ਇਹਨਾਂ ਲੋਕਾਂ ਨੂੰ ਪਬਲਿਸਿਟੀ ਮਿਲਦੀ ਆ, ਇਹ ਲੋਕ ਸਗੋਂ ਪ੍ਰਸਿੱਧ ਜਿਹਾ ਹੋਣ ਲੱਗ ਪੈਂਦੇ ਆ। ਪਰ ਭੁਪਿੰਦਰ ਸਿੰਘ ਜੀ, ਮੈਂ ਇਹ ਸੋਚਦਾ ਹੁੰਦਾ ਵੀ ਇੱਦਾਂ ਦੀ ਗੱਲ ਵੀ ਨਹੀਂ ਹੈ, ਸਾਡੇ ਨਾ ਕਈ ਸੱਜਣ ਐਵੇਂ ਹੀ ਭਾਵੁਕ ਜਿਹਾ ਹੋਏ ਰਹਿੰਦੇ ਆ, ਉਹਨਾਂ ਨੂੰ ਲੱਗਦਾ ਰਹਿੰਦਾ ਕਿਉਂਕਿ ਆਪ ਪ੍ਰੈਕਟੀਕਲ ਪੰਥ ਦਾ ਹਿੱਸਾ ਬਣ ਕੇ ਜਾਂ ਪੰਥਕ ਸੇਵਾਵਾਂ ਦੇ ਵਿੱਚ ਵਿਚਰ ਨਹੀਂ ਰਹੇ ਹੁੰਦੇ, ਆਪ ਨਹੀਂ ਵਿਚਰ ਰਹੇ ਹੁੰਦੇ, ਘਰੇ ਬਹਿ ਕੇ ਉਈ ਇੱਦਾਂ ਸੋਚਦੇ ਰਹਿੰਦੇ। ਜਦੋਂ ਕਿ ਜੇ ਆਪਾਂ ਪਿੱਛੇ ਝਾਤ ਮਾਰ ਕੇ ਦੇਖੀਏ ਤਾਂ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਸਾਡੀਆਂ ਰਵਾਇਤਾਂ ਤੋਂ ਆਪਾਂ ਕਿੰਨਾ ਜ਼ਿਆਦਾ ਪਿੱਛੇ ਆ ਚੁੱਕੇ ਹਾਂ, ਅਸੀਂ ਆਪਣੇ ਘਰ ਪੰਜਾਬ ਦੇ ਵਿੱਚ ਹੀ ਕਿੰਨੇ ਜ਼ਿਆਦਾ ਬੇਗਾਨੇ ਹੋ ਚੁੱਕੇ ਹਾਂ, ਸਾਡੇ ਕੋਲੋਂ ਸਾਡੀ ਬੋਲੀ ਖੋਈ ਜਾ ਰਹੀ ਹੈ, ਸਾਨੂੰ ਗੁਰਬਾਣੀ ਤੋਂ, ਸਾਨੂੰ ਆਪਣੀਆਂ ਰਵਾਇਤਾਂ ਤੋਂ ਦੂਰ ਕੀਤਾ ਜਾ ਰਿਹਾ, ਸਾਡੇ ਕੋਲੋਂ ਸਾਡੀ ਅਡਰੀ ਅਤੇ ਨਿਆਰੀ ਹੋਂਦ ਹਸਤੀ, ਸਾਡੀ ਪਹਿਚਾਣ ਖੋਈ ਜਾ ਰਹੀ ਹੈ, ਸਾਡੇ ਆਸੇ ਪਾਸੇ ਇਨਵਾਇਰਮੈਂਟ ਵਾਤਾਵਰਣ ਕਿੱਦਾਂ ਦਾ ਸਿਰਜ ਦਿੱਤਾ ਜਾ ਰਿਹਾ, ਜਿਹਦੀ ਬਦੌਲਤ ਅਸੀਂ ਆਪਣੇ ਘਰ ਦੇ ਵਿੱਚ ਹੀ ਅਸੀਂ ਦੇਖਣ ਜ਼ਰੂਰ ਸਿੱਖ ਹੈਗੇ ਹਾਂ, ਸਾਡੀਆਂ ਵਿਆਹਾਂ ਸ਼ਾਦੀਆਂ ਦੇ ਰਸਮਾਂ ਰਵਾਇਤਾਂ ਤੋਂ ਲੈ ਕੇ ਅਸੀਂ ਸਾਰਾ ਕੁਛ ਤਿਆਗ ਕੇ ਅਸੀਂ ਦੂਜਿਆਂ ਦਾ ਅਡੋਪਟ ਕਰ ਲਿਆ। ਗੁਰੂ ਸਾਹਿਬ ਜੀ ਨੇ ਆਖਿਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊ ਮੈਂ ਸਾਰਾ, ਜਬ ਜੈ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰੀਤੀ, ਤਾਂ ਉਸ ਵਿਪਰਨ ਕੀਆਂ ਰੀਤਾਂ ਅਸੀਂ ਅਪਣਾ ਲਈਆਂ ਹੋਈਆਂ ਨੇ, ਬਾਵਜੂਦ ਇਹਦੇ
ਆਪਾਂ ਫਿਰ ਵੀ ਕਹੀ ਜਾਂਦੇ ਹਾਂ ਕਈ ਵਾਰ ਨਹੀਂ ਨਹੀਂ ਸਾਡਾ ਕੋਈ ਨੁਕਸਾਨ ਨਹੀਂ ਕਰਨ ਲੱਗਾ, ਨੁਕਸਾਨ ਤਾਂ ਹੋ ਚੁੱਕਾ ਬਹੁਤ। ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੁੰਦਾ ਕਿ ਇੱਦਾਂ ਦੇ ਵਿਸ਼ਿਆਂ ਦੇ ਉੱਪਰ ਗੱਲ ਕਰਨੀ ਜ਼ਰੂਰ ਚਾਹੀਦੀ ਹੈ, ਜ਼ਰੂਰ ਹੋਕਾ ਦਿੰਦੇ ਰਹਿਣਾ ਚਾਹੀਦਾ ਕਿ ਜਾਗੋ ਭਾਈ ਜਾਗੋ, ਤੁਹਾਡੇ ਨਾਲ ਬਹੁਤ ਕੁਝ ਹੋ ਰਿਹਾ, ਆਹ ਦੇਖੋ ਤੁਹਾਡੇ ਬਾਰੇ ਕੀ। ਹੌਲੀ ਹੌਲੀ ਤੁਹਾਡੇ ਵੱਲ ਲਗਾਤਾਰ ਇੱਕ ਵੱਖ ਵੱਖ ਢੰਗ ਤਰੀਕਿਆਂ ਨਾਲ ਤੁਹਾਨੂੰ ਢਾਉਣ ਵਾਸਤੇ ਉਹ ਵੱਧ ਰਹੇ ਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਸਾਨੂੰ ਉਹਨਾਂ ਵੱਲੋਂ ਕੀਤੀ ਜਾ ਰਹੀ ਛੋਟੀ ਛੋਟੀ ਹਰਕਤ ਦਾ ਵੀ ਜ਼ਰੂਰ ਨੋਟਿਸ ਲੈਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਵੀ ਕੁਛ ਨਹੀਂ ਹੋਣ ਲੱਗਾ ਸਾਨੂੰ, ਹੋ ਤਾਂ ਬਹੁਤ ਕੁਛ ਗਿਆ ਮੈਨੂੰ ਲੱਗਦਾ, ਬੜੇ ਘਾਟੇ ਹੋ ਚੁੱਕੇ ਆ। ਦੇਖੋ ਦੇਖੋ ਭੁਪਿੰਦਰ ਸਿੰਘ ਜੀ, ਸਰਸੇ ਵਾਲੇ ਸਾਧ ਨੇ ਸਵਾਂਗ ਰਚਿਆ ਸੀ ਨਾ ਗੁਰੂ ਸਾਹਿਬ ਦਾ, ਹਾਂਜੀ, ਜੇਕਰ ਕੌਮ ਜਾਗਰੂਕ ਨਾ ਹੁੰਦੀ ਜੀ ਤੇ ਬਾਦਲਾਂ ਨੇ ਆਪਦੇ ਜਥੇਦਾਰਾਂ ਨੂੰ ਕਹਿ ਕੇ ਉਹਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਤੱਕ ਖਵਾ ਦੇਣਾ ਸੀਗਾ ਵੋਟਾਂ ਕਰਕੇ। ਜੀ ਬਾਦਲਾਂ ਨੇ ਹੁਣ ਆਹ ਜਿਹੜੇ ਸ਼ਿਵ ਸੈਨਾ ਵਾਲੇ ਆ, 2022 ਦੇ ਵਿੱਚ ਤੁਸੀਂ ਵੇਖਿਆ ਇਹ ਅਕਾਲੀਆਂ ਦੇ ਭਾਈਵਾਲ ਸੀਗੇ ਬਾਦਲਾਂ ਦੇ, ਹਾਂਜੀ, ਵੋਟਾਂ ਦੇ ਵਿੱਚ, ਹਾਂਜੀ ਹਾਂਜੀ, ਇਹਨਾਂ ਦੀ ਯੁੱਧ ਕਿੱਥੋਂ ਵਧੀ ਇਹਨਾਂ ਦੀ ਯੁੱਧ ਜੀ। ਤੁਸੀਂ ਵੇਖੋ ਪੱਤਰਕਾਰ ਹੋ, ਮੈਂ ਤੇ ਜ਼ਿਆਦਾ ਨੌਲੇਜ ਨਹੀਂ ਰੱਖਦਾ ਇੰਨੀ, ਪਰ ਤੁਸੀਂ ਘੋਖ ਕਰਕੇ ਵੇਖਿਓ ਕਿ ਜਦੋਂ ਬਾਦਲਾਂ ਦੀ ਸਰਕਾਰ ਆਈ 2007 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਰਹੀ, ਉਦੋਂ ਇਹਨਾਂ ਲੋਕਾਂ ਨੇ ਸਿਰ ਚੁੱਕੇ ਜੀ 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 ਬਾਦਲਾਂ ਦੀ ਸਰਕਾਰ ਦੇ ਵਿੱਚ ਇਹਨਾਂ ਨੂੰ ਸਿਕਿਉਰਟੀਆਂ ਦੇਣੀਆਂ ਸ਼ੁਰੂ ਕੀਤੀਆਂ ਜੀ। ਇਹ ਇੱਕ ਬੰਦਾ ਆ ਗੁਰਦਾਸਪੁਰ ਦਾ ਸੈਨਿਕ ਆ, ਉਹਨੂੰ ਗੋਲੀ ਵੱਜੀ ਤੇ ਬਾਦਲ ਸਾਹਿਬ ਉਹਦਾ ਪਤਾ ਲੈਣ ਗਏ ਜੀ, ਆਪ ਖੁਦ ਹਸਪਤਾਲ ਦੇ ਵਿੱਚ ਗਏ ਜੀ ਜੀ ਬਿਲਕੁਲ ਬਿਲਕੁਲ। ਜਿਹੜਾ ਨੌਜਵਾਨ ਭਾਈ ਰਾਜੂਵਾਲਾ ਕਰਕੇ ਸ਼ਹੀਦ ਹੋ ਗਿਆ ਉਹਦੇ ਘਰ ਤੇ ਬਾਦਲ ਹੋਣੀ ਗਏ ਜੀ ਜੀ, ਜਸਪਾਲ ਸਿੰਘ ਚੌੜਸਦਮਾ ਜੀ ਨਹੀਂ ਗਏ। ਜੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਅਸੀਂ ਬਹੁਤ ਨੁਕਸਾਨ ਉਠਾਵਾਂਗੇ। ਦੇਖੋ ਤੁਸੀਂ ਵੇਖਿਆ ਕੱਲ ਪਰਸੋਂ ਮੱਤ ਸ਼ੇਰੋਂ ਵਾਲੇ ਨੇ ਇੱਕ ਲਿਖਤ ਲਿਖ ਕੇ ਪਾਈ, ਹਾਂਜੀ ਹਾਂਜੀ ਜੀ, ਬੜਾ ਰੋਲਾ ਪਾਇਆ, ਪੰਥ ਉਹਦਾ ਵਿਰੋਧ ਨਾ ਕਰਦਾ ਉਹ ਮਾਫੀ ਨਾ ਮੰਗਦਾ, ਉਹਨੇ ਕੱਲ ਨੂੰ ਕੋਈ ਹੋਰ ਪਾ ਦੇਣੀ ਸੀ ਜੀ ਜੀ ਬਿਲਕੁਲ, ਕੱਲ ਨੂੰ ਹੋਰ ਪਾ ਦੇਣੀ ਸੀ, ਜਦੋਂ ਪਿੱਛੇ ਝਾਤ ਮਾਰ ਕੇ ਵੇਖਦੇ ਨਾ ਪਹਿਲਾਂ ਵੀ ਬਹੁਤ ਏਦਾਂ ਦੀਆਂ ਹਰਕਤਾਂ ਉਹ ਕਰ ਚੁੱਕਿਆ ਜੀ। ਸੋ ਦੇਖੋ ਸੋ ਜਿਹੜੇ ਲੋਕ ਕਹਿ ਦਿੰਦੇ ਨਾ ਵੀ ਮਹਾਰਾਜ ਦਾ ਚਲਾਇਆ ਪੰਥ ਆ ਜੀ, ਗੁਰੂ ਗੋਬਿੰਦ ਸਿੰਘ ਦਾ ਚਲਾਇਆ ਪੰਥ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਆਪ ਤਲਵਾਰ ਚੁੱਕੇ ਕਿਰਪਾਨ ਚੁੱਕੀ ਸੀਗੀ ਜੀ ਜੀ, ਅਗਾਂਹ ਖਾਲਸੇ ਦੀ ਜ਼ਿੰਮੇਵਾਰੀ ਵੀ ਲਾਈ ਹੈ ਨਾ ਜੀ, ਜਿਹਨੇ ਪੰਥ ਚਲਾਇਆ ਉਹਨਾਂ ਨੇ ਆਪ ਕਿਰਪਾਨ ਫੜੀ ਤੇ ਮੈਦਾਨ ਦੇ ਵਿੱਚ ਉਤਰੇ ਸੀਗੇ ਜੀ ਜੀ ਬਿਲਕੁਲ ਬਿਲਕੁਲ, ਔਰ ਅਗਾਂਹ ਸਿੱਖਾਂ ਨੂੰ ਵੀ ਕਿਹਾ, ਖਾਲਸੇ ਨੂੰ ਵੀ ਆਖਿਆ ਕਿ ਤੁਸੀਂ ਵੀ ਤਿਆਰ ਬਾਰ ਤਿਆਰ ਰਹਿਣਾ ਔਰ ਜਾਗਦੇ ਰਹਿਣਾ, ਜ਼ਿੰਮੇਵਾਰੀਆਂ ਵੀ ਲਾਈਆਂ ਕਿ ਤੁਸੀਂ ਅਗਾਂਹ ਇਸ ਕਾਫਲੇ ਨੂੰ ਅੱਗੇ ਤੱਕ ਲੈ ਕੇ ਜਾਣਾ, ਇਹ ਨਹੀਂ ਕਿ ਚੁੱਪ ਕਰਕੇ ਬੈਠੇ ਰਹਿਣਾ ਵੀ ਆਪੇ ਸਾਰਾ ਕੁਛ ਠੀਕ ਹੋ ਜਾਊਗਾ, ਯਤਨ ਕਰਨੇ। ਅੱਛਾ ਭੁਪਿੰਦਰ ਸਿੰਘ ਜੀ, ਇੱਕ ਮੇਰੇ ਕੋਲ ਅਖੀਰਲਾ ਹੀ ਸਵਾਲ ਆ, ਜੇ ਤੁਹਾਡੇ ਕੋਲ ਹੋਰ ਕੁਛ ਕਹਿਣ ਕੱਤਣ ਨੂੰ ਹੈ ਤਾਂ ਤੁਸੀਂ ਜ਼ਰੂਰ ਦੱਸ ਦਿਓ, ਮੈਂ ਤੁਹਾਡੀ ਗੱਲ ਵਿੱਚ ਟੋਕੂੰਗਾ ਨਹੀਂ। ਮੇਰੇ ਕੋਲ ਇੱਕ ਅਖੀਰਲਾ ਸਵਾਲ ਇਹ ਆ, ਕਈ ਵਾਰੀ ਨਾ ਆਪਾਂ ਇੱਦਾਂ ਸਮਝਦੇ ਹਾਂ, ਮੇਰੇ ਵੀ ਜ਼ਿਹਨ ਵਿੱਚ ਇਹ ਗੱਲ ਆਉਂਦੀ ਆ ਵੀ ਇਹ ਲੋਕ ਇਉਂ ਕਰਦੇ ਆ ਕਈ ਵਾਰ ਇੱਦਾਂ ਦੀ ਇੱਕ ਸ਼ੁਰਲੀ ਛੱਡਦੇ ਆ ਜਾਂ ਕੋਈ ਇੱਦਾਂ ਦੀ ਸ਼ਰਾਰਤ ਨਾਲ ਭਰਿਆ ਹੋਇਆ ਭਰੀ ਹੋਈ ਕੋਈ ਬਿਆਨਬਾਜ਼ੀ ਕਰਦੇ ਆ, ਜਿਸ ਬਿਆਨਬਾਜ਼ੀ ਤੋਂ ਬਾਅਦ ਜਿਹੜੀ ਹਰਕਤ ਤੋਂ ਬਾਅਦ ਇਹਨਾਂ ਵੱਲੋਂ ਕੋਈ ਵੀਡੀਓ ਇੱਦਾਂ ਦੀ ਵਾਇਰਲ ਕੀਤੀ ਜਾਂਦੀ ਆ ਵਿਵਾਦ ਜਿਹਦੇ ਨਾਲ ਕੋਈ ਛਿੜ ਜਾਵੇ, ਭਈ ਉਸ ਤੋਂ ਬਾਅਦ ਥੱਲੇ ਕਮੈਂਟ ਕਰ ਕਰਕੇ ਕੋਈ ਇਹਨਾਂ ਦੇ ਦੁਆਲੇ ਹੋ ਜਾਵੇ, ਕੋਈ ਇਹਨਾਂ ਨੂੰ ਥਰੈਟ ਕਰੇ, ਕੋਈ ਇਹਨਾਂ ਨੂੰ ਧਮਕੀ ਦੇਵੇ, ਉਹ ਤੋਂ ਬਾਅਦ ਧਮਕੀ ਵਾਲੀ ਜਿਹੜੀ ਹੈਗੀ ਆ ਕਮੈਂਟ ਉਹ ਲੈ ਕੇ ਜਾਂਦੇ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ, ਉਹਨਾਂ ਨੂੰ ਜਾ ਕੇ ਕਹਿੰਦੇ ਦੇਖੋ ਜੀ ਸਾਨੂੰ ਧਮਕੀਆਂ ਆ ਰਹੀਆਂ ਨੇ, ਸਾਨੂੰ ਕੋਈ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ, ਸਾਡੇ ਨਾਲ ਕੱਲ੍ਹ ਨੂੰ ਕੁਝ ਵੀ ਹੋ ਸਕਦਾ ਆ, ਸਾਨੂੰ ਸਿਕਿਉਰਟੀ ਦੇ ਦਿੱਤੀ ਜਾਵੇ ਜਾਂ ਜੇ ਪਹਿਲਾਂ ਤੋਂ ਮਿਲੀ ਹੋਈ ਆ ਉਹਨੂੰ ਵਧਾ ਦਿੱਤਾ ਜਾਵੇ, ਜਾਂ ਜੇ ਇਹਨਾਂ ਨੂੰ ਲੱਗੇ ਕਿ ਸਿਕਿਉਰਟੀ ਕਿਤੇ ਸਰਕਾਰ ਵਾਪਸ ਨਾ ਲੈ ਲਵੇ, ਸਿਕਿਉਰਟੀ ਸਾਡੀ ਬਰਕਰਾਰ ਰੱਖੀ ਜਾਵੇ। ਸਾਡੇ ਕਈ ਵਾਰੀ ਬੰਦੇ ਸੋਚਦੇ ਆ ਕਿ ਇਸ ਕਰਕੇ ਵੀ ਕਈ ਵਾਰ ਉਹ ਜਾਣ ਬੁੱਝ ਕੇ ਸ਼ਰਾਰਤਾਂ ਕਰਦੇ ਆ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ, ਸ਼ਰਾਰਤਾਂ ਇਸੇ ਕਰਕੇ ਲਈ ਨੇ
ਇੱਕ ਗੱਲ ਮੈਂ ਨਾ ਇੰਟਰਵਿਊ ਮੈਂ ਵੀ ਸੁਣਿਆ ਸੀਗਾ ਉਹਨਾਂ ਦਾ, ਪੱਤਰਕਾਰ ਦਾ ਤੇ ਉਸ ਸ਼ਿਵ ਸੈਨਿਕ ਦਾ। ਇੱਕ ਉਹਨਾਂ ਨੇ ਇੱਕ ਗੱਲ ਕਹੀ ਕਿ ਰਾਮ ਰਾਜ ਵਰਗਾ ਰਾਜ ਆਵੇ ਜੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਮੇਰੀ ਗੱਲ ਨੂੰ ਪੂਰਾ ਹਾਈਲਾਈਟ ਕੀਤਾ ਜਾਵੇ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ। ਜੀ ਜ਼ਰੂਰ, ਜਿਹੜੀ ਮੈਂ ਗੱਲ ਹੁਣ ਕਰਨ ਲੱਗਾ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਰਾਮ ਰਾਜ ਦੇ ਕੁਝ ਦੋ ਚੰਗੇ ਕੰਮ ਦੱਸ ਦਿਓ। ਦੇਖੋ ਮੈਨੂੰ ਪਤਾ ਨਹੀਂ ਗਾ ਇਸ ਚੀਜ਼ ਦਾ, ਮੈਂ ਜਾਣਕਾਰੀ ਚਾਹੁੰਦਾ ਵਾ ਕਿ ਮੈਨੂੰ ਕੋਈ ਵੀ ਸਾਡਾ ਜਿਹੜਾ ਸਨਾਤਨੀ ਭਰਾ ਹੋਵੇ ਨਾ, ਜਿਹੜਾ ਗਿਆਨਵਾਨ ਹੋਵੇ, ਜਿਹਨੂੰ ਸਨਾਤਨ ਧਰਮ ਦੀ ਬਹੁਤ ਜ਼ਿਆਦਾ ਨੌਲੇਜ ਹੋਵੇ, ਉਹ ਮੈਨੂੰ ਕੋਈ ਦੋ ਕੰਮ ਐਸੇ ਜਣਾ ਦੇ ਜਿਹੜੇ ਰਾਮ ਰਾਜ ਦੇ ਵਿੱਚ ਵਧੀਆ ਹੋ। ਮਤਲਬ ਮੈਂ ਦੱਸ ਸਕਾਂ ਕਿ ਕਿਉਂ ਮੈਂ ਵੀ ਮੰਨਦਾ ਰਾਮ ਰਾਜ, ਕਿ ਰਾਮ ਰਾਜ ਦੇ ਵਿੱਚ ਆਹ ਦੋ ਤਿੰਨ ਕੰਮ ਜਿਹੜੇ ਵਧੀਆ ਹੋਏ ਸੀਗੇ, ਇਸ ਕਰਕੇ ਰਾਮ ਰਾਜ, ਕਿਉਂਕਿ ਹਜੇ ਤੱਕ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਵਧੀਆ ਰਾਜ ਕੋਈ ਵੇਖਿਆ ਜੀ ਜੀ। ਅਸੀਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਮੰਗਦੇ ਹਾਂ ਕਿ ਜਦੋਂ ਉਹ ਕਹਿੰਦੇ ਸੀਗੇ ਵੀ ਕੋਈ ਵੀ ਧਾਰਮਿਕ ਸਥਾਨ ਬਣਾਉਣ ਤੋਂ ਪਹਿਲਾਂ ਸਕੂਲ ਬਣਾਓ, ਉਹਨਾਂ ਨੇ ਮੰਦਰਾਂ ਤੇ ਸੋਨਾ ਲਾਇਆ ਜੀ, ਗੁਰਦੁਆਰਾ ਤੇ ਸੋਨਾ ਲਾਇਆ ਜੀ, ਤੇ ਜਿਹੜੇ ਰਾਮ ਰਾਜ ਮੰਗਦੇ ਹੋ ਉਹਨਾਂ ਨੇ ਸੋਨਾ ਲੁੱਟਿਆ, ਉਹਨਾਂ ਨੇ ਗੁਰਦੁਆਰੇ ਢਾਏ ਜੀ, ਜਿਹੜੇ ਰਾਮ ਰਾਜ ਮੰਗਦੇ। ਪਰ ਇਹ ਦੋਵਾਂ ਚੀਜ਼ਾਂ ਚ ਬਹੁਤ ਫਰਕ ਹੈ, ਰਾਮ ਰਾਜ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। ਮੇਰੀ ਇਹ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨੂੰ ਹਾਈਲਾਈਟ ਕੀਤਾ ਜਾਵੇ ਜੀ ਜ਼ਰੂਰ, ਕਿ ਮੈਨੂੰ ਕੋਈ ਦੋ ਕੰਮ ਰਾਮ ਰਾਜ ਦੇ ਚੰਗੇ ਬਣਾ ਦੇ ਜੀ ਜ਼ਰੂਰ। ਭੁਪਿੰਦਰ ਸਿੰਘ ਜੀ, ਜਦੋਂ ਨਾ ਉਹ ਗੱਲ ਕਰ ਰਹੇ ਸੀ, ਮੈਂ ਜਦੋਂ ਕੱਲ੍ਹ ਵਾਲੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ, ਤੇ ਉਹ ਗੱਲ ਕਰ ਰਹੇ ਸੀ, ਕਹਿੰਦੇ ਵੀ ਸਿੱਖ ਵੀ ਤੇ ਪੰਜਾਬੀ ਕਹਿੰਦਾ ਚਾਹੁੰਦੇ ਆ ਵੀ ਖਾਲਸਾ ਰਾਜ ਇੱਥੇ ਸਥਾਪਿਤ ਹੋਵੇ, ਅਸੀਂ ਵੀ ਕਹਿੰਦੇ ਖਾਲਸਾ ਰਾਜ ਚਾਹੁੰਦੇ ਹਾਂ ਵੀ ਵਧੀਆ ਰਾਜ ਇੱਥੇ ਹੋਵੇ, ਅਸੀਂ ਵੀ ਰਾਮ ਰਾਜ ਚਾਹੁੰਦੇ ਹਾਂ। ਮਤਲਬ ਕਿ ਰਾਮ ਰਾਜ ਅਤੇ ਖਾਲਸਾ ਰਾਜ ਦੋਨਾਂ ਨੂੰ ਉਹ ਬਰਾਬਰ ਜਿਹਾ ਹੀ ਦੱਸ ਕੇ ਪ੍ਰਚਾਰ ਰਹੇ ਆ, ਸ਼ਾਇਦ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੈਗਾ ਕਿ ਖਾਲਸਾ ਰਾਜ ਅਤੇ ਰਾਮ ਰਾਜ ਦੇ ਵਿੱਚ ਕੁਝ ਫਰਕ ਹੈਗਾ, ਸ਼ਾਇਦ ਉਹਨਾਂ ਨੇ ਖਾਲਸਾ ਰਾਜ ਨੂੰ ਪੜ੍ਹਿਆ ਹੀ ਨਹੀਂ ਹੈਗਾ ਕਿ ਖਾਲਸਾ ਰਾਜ ਕਿਹੋ ਜਿਹਾ ਸੀਗਾ ਔਰ ਉਸ ਰਾਜ ਦੇ ਵਿੱਚ ਕਿਸ ਕਿਸਮ ਦੇ ਨਾਲ ਸਾਰਾ ਪ੍ਰਬੰਧ ਚੱਲਦਾ ਪਿਆ ਸੀਗਾ। ਮੈਨੂੰ ਲੱਗਦਾ ਕਿ ਡਿਫਾਈਨ ਹੀ ਨਹੀਂ ਚੰਗੀ ਤਰ੍ਹਾਂ ਕਰ ਰਹੇ ਹੋ, ਔਰ ਉਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਜਿਹਾ ਵੀ ਪੈਂਦਾ ਹੋਊਗਾ ਕਿ ਹਾਂ ਵਧੀਆ ਗੱਲ ਵਾ ਜੀ, ਰਾਮ ਰਾਜ ਚਾਹੀਦਾ ਸਾਨੂੰ, ਖਾਲਸਾ ਰਾਜ ਸਾਨੂੰ ਚਾਹੀਦਾ ਹੈਗਾ, ਪਰ ਫਰਕ ਵਾ ਦੋਹਾਂ ਚੀਜ਼ਾਂ ਦੇ ਵਿੱਚ ਤੇ ਕਾਫੀ ਜ਼ਿਆਦਾ। ਸੱਜਣ ਸਾਹਿਬ, ਤੁਸੀਂ ਕਹਿੰਦੇ ਹੋ ਇਹਨਾਂ ਨੇ ਖਾਲਸਾ ਰਾਜ ਨਹੀਂ ਪੜ੍ਹਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਪੜ੍ਹਿਆ ਜੀ, ਮੈਂ ਕਹਿੰਦਾ ਇਹਨਾਂ ਨੇ ਰਾਮ ਰਾਜ ਹੀ ਨਹੀਂ ਪੜ੍ਹਿਆ ਜੀ। ਹੋ ਸਕਦਾ ਜੇ ਇਹਨਾਂ ਨੇ ਰਾਮ ਰਾਜ ਪੜ੍ਹਿਆ ਹੁੰਦਾ ਨਾ, ਤੇ ਇਹ ਆਪਣੀਆਂ ਲੱਤਾਂ ਦੇ ਥੱਲਿਓਂ ਦੀ ਕੰਨ ਫੜ ਕੇ ਤੇ ਤੌਬਾ ਕਰ ਦਿੰਦੇ ਜੀ, ਇਹਨਾਂ ਨੇ ਰਾਮ ਰਾਜ ਵੀ ਨਹੀਂ ਪੜ੍ਹਿਆ। ਸੋ ਮੇਰੀ ਬੇਨਤੀ ਹੈ ਕਿ ਕੋਈ ਵੀ ਮੇਰਾ ਭਰਾ, ਮੇਰਾ ਸਨਾਤਨੀ ਭਰਾ, ਮੈਂ ਤੁਹਾਡੇ ਕੋਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਨੰਬਰ ਮੰਗੇ, ਉਹਨੂੰ ਜ਼ਰੂਰ ਦਿਓ ਕਿ ਮੈਂ ਇੱਛੋ ਕਿਹਾ ਕਿ ਰਾਮ ਰਾਜ ਦੇ ਕੋਈ ਦੋ ਤਿੰਨ ਕੰਮ ਜਿਹੜੇ ਚੰਗੇ ਹੋਏ ਹੋਣ ਉਹ ਮੈਨੂੰ ਗਿਣਾ ਦਿਓ, ਅਸੀਂ ਵੀ ਤੁਹਾਡੇ ਨਾਲ ਖਲੋ ਕੇ ਕਹੀਏ ਕਿ ਰਾਮ ਰਾਜ ਹੋਣਾ ਚਾਹੀਦਾ। ਭੁਪਿੰਦਰ ਸਿੰਘ ਜੀ, ਇੱਕ ਸਵਾਲ ਹੋਰ ਮੇਰੇ ਧਿਆਨ ਵਿੱਚ ਆ ਗਿਆ, ਜਿੱਦਾਂ ਨਾ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਵਿੱਚ ਜਾਤ ਪਾਤ ਨੂੰ ਲੈ ਕੇ, ਜਾਤ ਪਾਤ ਦਾ ਵੱਖਰੇਵਾਂ ਉਹਨਾਂ ਵਿੱਚ ਹੁੰਦਾ ਹੈਗਾ, ਜਾਤ ਪਾਤ ਦੇ ਆਧਾਰ ਦੇ ਉੱਪਰ ਉਹ ਕਿਸੇ ਦਾ ਨਾਲ ਕਿਸੇ ਦੇ ਨਾਲ, ਜਿੱਦਾਂ ਉਹ ਰਾਸ਼ਟਰਪਤੀ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ, ਉਹਨਾਂ ਦੇ ਕੋਲ ਹੋ ਸਕਦਾ ਕਹਿਣ ਨੂੰ ਇਹ ਗੱਲ ਹੋਵੇ ਕਿ ਜਿਹੜੀ ਰਮਾਇਣ ਹੈ ਭਗਵਾਨ ਵਾਲਮੀਕ ਜੀ ਹੋਰਾਂ ਦੀ ਲਿਖੀ ਹੋਈ ਹੈ, ਔਰ ਭਗਵਾਨ ਵਾਲਮੀਕ ਜੀ ਕੋਈ ਉੱਚੀ ਜਾਤ ਦੇ ਨਹੀਂ ਸਨ, ਵੀ ਵੇਖੋ ਇੱਥੇ ਕਿੰਨਾ ਮਾਣ ਦਿੰਦੇ ਹਾਂ, ਹੋ ਸਕਦਾ ਕਈ ਉਹਨਾਂ ਵਿੱਚੋਂ ਕੋਈ ਇਹ ਗੱਲ ਕਹਿ ਦੇ। ਹਾਂਜੀ, ਮੈਂ ਜਿਹੜੇ ਰਿਸ਼ੀ ਕਹਿ ਲਓ, ਸਤਿਗੁਰੂ ਕਹਿ ਲਓ, ਮਹਾਰਿਸ਼ੀ ਕਹਿ ਲਓ, ਕੁਝ ਵੀ ਕਹਿ ਲਓ ਜੀ, ਜਿਹੜੇ ਵਾਲਮੀਕ ਜੀ, ਮੈਂ ਇਹਨਾਂ ਦਾ ਬਹੁਤ ਦਿਲੋਂ ਸਤਿਕਾਰ ਕਰਨਾ ਜੀ, ਪਰ ਉਹਨਾਂ ਦੇ ਬਰਾਬਰ ਸਤਿਕਾਰ ਇੱਕ ਰਿਸ਼ੀ ਸ਼ੰਭੂਕ ਹੋਏ ਆ। ਹਾਂਜੀ, ਰਿਸ਼ੀ ਸ਼ੰਭੂਕ ਜੀ, ਸਿਰਫ ਮੈਨੂੰ ਇਹ ਦੱਸ ਦੇਣ ਵੀ ਰਾਮ ਚੰਦਰ ਜੀ ਨੇ ਉਹਨਾਂ ਦਾ ਕਤਲ ਕਿਉਂ ਕੀਤਾ ਸੀਗਾ, ਰਿਸ਼ੀ ਸ਼ੰਭੂਕ ਦਾ।
ਜੀ, ਔਰ ਮੈਂ ਸਾਰੀ ਉਮਰ ਉਸ ਬੰਦੇ ਦੀ ਗੁਲਾਮੀ ਕਰੂੰਗਾ ਜਿਹੜਾ ਮੈਨੂੰ ਸਹੀ ਜਵਾਬ ਦੇ ਜੇ। ਜੀ, ਰਿਸ਼ੀ ਸ਼ੰਭੂ ਦਾ ਕਤਲ ਇਸ ਕਰਕੇ ਕੀਤਾ ਸੀਗਾ ਕਿ ਉਹ ਗਿਆਨਵਾਨ ਸੀਗੇ ਜੀ ਔਰ ਸ਼ੂਦਰ ਸੀਗੇ। ਜੋ ਮੈਂ ਪੜ੍ਹਿਆ ਜਾਂ ਸੁਣਿਆ, ਉਹਨਾਂ ਨੂੰ ਸ਼ੂਦਰ ਹੋ ਕੇ ਗਿਆਨ ਲੈਣ ਦੀ ਸਜ਼ਾ ਮਿਲੀ ਤੇ ਸ਼ੂਦਰ ਕਦੀ ਗਿਆਨ ਨਹੀਂ ਲੈ ਸਕਦਾ। ਇਸ ਕਰਕੇ ਰਾਮ ਚੰਦਰ ਜੀ ਨੇ ਆਪਦੇ ਹੱਥੀ ਉਹਨਾਂ ਦੇ ਢਿੱਡ ਚ ਪਤਾ ਨੀ ਮਾਰਤੀ ਤਲਵਾਰ ਕੇ ਇਹਨਾਂ ਦੀ ਧੌਣ ਲਾ ਦਿੱਤੀ। ਉਦੋਂ ਰਾਮ ਚੰਦਰ ਜੀ ਜਿਹੜੇ ਗੁਰੂ ਉਹ ਵੀ ਨਾਲ ਸੀਗੇ। ਇਹ ਮੈਂ ਬਕਾਇਦਾ ਰਮਾਇਣ ਦੇ ਵਿੱਚ ਵੇਖਿਆ, ਸੀਰੀਅਲ ਦੇ ਵਿੱਚ ਵੇਖਿਆ, ਸਾਰਾ ਕੁਝ ਮੈਂ ਇਹਦੇ ਵਿੱਚ ਵੇਖਿਆ ਔਰ ਇਹਦੇ ਬਾਰੇ ਮੈਂ ਪੜ੍ਹਿਆ ਵੀ ਹੈ। ਰਿਸ਼ੀ ਸ਼ੰਭੂ ਨੂੰ ਇਸ ਕਰਕੇ ਮਾਰਿਆ ਗਿਆ ਸੀਗਾ ਕਿ ਉਹ ਦਲਿਤ ਹੋਣ ਦੇ ਬਾਵਜੂਦ ਵੀ ਇੱਕ ਬਹੁਤ ਗਿਆਨਵਾਨ ਸੀਗੇ। ਉਹਨਾਂ ਨੇ ਬੜੇ ਤਰਕ ਕੀਤੇ ਰਾਮ ਚੰਦਰ ਜੀ ਦੇ ਨਾਲ ਕਿ ਉਹਨੇ ਉਹ ਕਹਿੰਦੇ ਵੀ ਰਾਜਨ ਮੈਨੂੰ ਵੀ ਹਵਾ ਬਰਾਬਰ ਮਿਲਦੀ, ਤੁਹਾਨੂੰ ਵੀ ਬਰਾਬਰ ਮਿਲਦੀ, ਮੈਨੂੰ ਵੀ ਸੂਰਜ ਦੀ ਰੋਸ਼ਨੀ ਮਿਲਦੀ, ਤੁਹਾਨੂੰ ਵੀ ਮਿਲਦੀ। ਪਰ ਰਾਮ ਚੰਦਰ ਜੀ ਨੇ ਉਹਨਾਂ ਦੀ ਇੱਕ ਨਾ ਸੁਣੀ, ਉਹ ਕਹਿੰਦੇ ਵੀ ਤੂੰ ਸ਼ੂਦਰ ਆ ਤੇ ਤੂੰ ਗਿਆਨ ਨਹੀਂ ਲੈ ਸਕਦਾ, ਤੂੰ ਮੇਰੇ ਨਾਲ ਬਹਿਸ ਕਰ ਰਿਹਾ। ਇਸ ਕਰਕੇ ਉਹ ਡਰਾਮੇ ਦੇ ਵਿੱਚ ਮੈਂ ਵੇਖਿਆ ਭਗਵਾਨ ਰਾਮ ਜਿਹੜੇ ਰਾਜਾ ਰਾਮ ਚੰਦਰ ਸੀਗੇ ਉਹਨਾਂ ਨੇ ਸ਼ੰਭੂਕ ਜੀ ਨੂੰ ਮਾਰ ਦਿੱਤਾ, ਸ਼ੰਭੂਕ ਦੀ ਹੱਤਿਆ ਕਰਤੀ ਜੀ। ਵਾਕਈ ਮੈਂ ਵੀ ਵੇਖਿਆ ਰਮਾਇਣ ਦੇ ਵਿੱਚ, ਆਪਾਂ ਰਮਾਇਣ ਦੇ ਵਿੱਚ ਜ਼ਿਕਰ ਆਉਂਦਾ ਇਸ ਗੱਲ ਦਾ ਬਕਾਇਦਾ। ਵਾਕਈ ਮੈਨੂੰ ਲੱਗਦਾ ਕਿ ਉਹਨਾਂ ਸੱਜਣਾਂ ਨੂੰ ਜਿਹੜੇ ਇੱਦਾਂ ਦੀ ਮੰਗ ਕਰ ਰਹੇ ਆ, ਬਕਾਇਦਾ ਚਿੱਠੀ ਲਿਖ ਰਹੇ ਆ ਲੈਟਰ ਹੈਡ ਦੇ ਉੱਪਰ ਅਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਗਾਂਹ, ਹੋ ਸਕਦਾ ਕਿ ਉਹਨਾਂ ਦੀ ਕੀ ਪ੍ਰਤਿਕਿਰਿਆ ਹੁੰਦੀ ਹੈ, ਇਹਦਾ ਕੋਈ ਜਵਾਬ ਦਿੰਦੇ ਨੇ ਜਾਂ ਉਹਨੂੰ ਫੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਂਦਾ, ਜਾਂ ਉਹ ਗੰਭੀਰਤਾ ਦੇ ਨਾਲ ਕੋਈ ਨੋਟਿਸ ਲੈਂਦੇ ਨੇ ਜਾਂ ਨਹੀਂ ਲੈਂਦੇ ਹੈਗੇ। ਉਹ ਮੈਨੂੰ ਐਵੇਂ ਲੱਗਦਾ ਹੈਗਾ ਕਿ ਥੋੜ੍ਹਾ ਜਿਹੜੇ ਇੱਦਾਂ ਦੀਆਂ ਕੋਈ ਸ਼ਰਾਰਤਬਾਜ਼ੀਆਂ ਕਰਦੇ ਆ, ਕਿਉਂਕਿ ਉਹ ਇੱਕ ਵੇਰਾ ਨਹੀਂ ਕਰਦੇ ਹੈਗੇ ਵੀ ਕਦੀ ਕਦਾਈ ਹੋ ਗਈ ਗੱਲ, ਉਹਨਾਂ ਨੇ ਸਾਲ ਦੇ ਵਿੱਚ ਘੱਟੋ ਘੱਟ 2 ਕੁ ਦਿਨ ਤਾਂ ਇੱਦਾਂ ਦੇ ਆਉਂਦੇ ਹੀ ਆ ਨਾ ਜੀ, ਜਦੋਂ 6 ਜੂਨ ਦਾ ਦਿਨ ਹੁੰਦਾ ਹੈਗਾ, ਸਿੱਖਾਂ ਦੇ ਜ਼ਖਮ ਦੁਬਾਰਾ ਸਿੱਖ ਉੱਧਰ ਨੂੰ ਧਿਆਨ ਹੁੰਦਾ ਹੈਗਾ, ਸਿੱਖਾਂ ਨੇ ਉਹ ਆਪਣੀ ਯਾਦ ਦੁਬਾਰਾ ਤਾਜ਼ੀ ਕਰਨੀ ਹੁੰਦੀ ਆ, ਉਦੋਂ ਵੀ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਉਹ ਮੱਲਮ ਲਾਉਣ ਦੀ ਥਾਂ 'ਤੇ ਉੱਥੇ ਨਮਕ ਭੁੱਕਦੇ ਆ, ਉੱਥੇ ਮਿਰਚਾਂ ਭੁੱਕਦੇ ਹੈਗਾ, ਜਾਂ ਇੱਕ ਅੱਧਾ ਦਿਨ ਕੋਈ ਹੋਰ ਸਾਲ ਦੇ ਵਿੱਚ। ਬਾਕੀ ਜਿਹੜਾ ਸਮਾਂ ਹੈਗਾ ਇਹ ਨਹੀਂ ਹੈਗਾ ਕਿ ਉਹ, ਕਿਉਂਕਿ ਵਾਰ ਵਾਰ ਆਉਂਦੇ ਆ, ਵਾਰ ਵਾਰ ਉਹ ਜ਼ਖਮ ਕਰੇਦਣ ਵਾਸਤੇ ਆਉਂਦੇ ਆ। ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਗੰਭੀਰਤਾ ਦੇ ਨਾਲ ਲੈ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੀ ਉਸ ਚਿੱਠੀ ਦਾ ਕੋਈ ਨਾ ਕੋਈ ਢੁੱਕਵਾਂ ਜਵਾਬ ਜ਼ਰੂਰ ਦੇਣਾ ਚਾਹੀਦਾ ਹੈਗਾ, ਤਾਂ ਜੋ ਦੁਬਾਰਾ ਕੋਈ ਇੱਦਾਂ ਦਾ ਹੀਆ ਨਾ ਕਰ ਸਕੇ। ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਪਾਰਸੀ ਜਾਂ ਜਿਹੜੇ ਵੀ ਲੋਕ, ਭਾਵੇਂ ਕਿਸੇ ਵੀ ਧਰਮ, ਕਿਸੇ ਵੀ ਨੂੰ ਨਹੀਂ ਮੰਨਦੇ ਹੈਗੇ, ਰੱਬ ਦੀ ਹੋਂਦ ਤੋਂ ਵੀ ਭਾਵੇਂ ਮੁਨਕਰ ਨੇ, ਦਰਬਾਰ ਸਾਹਿਬ ਜਾਂਦੇ, ਇੱਕੋ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਆ, ਉਹਨੂੰ ਕਹਿੰਦੇ ਭਾਈਚਾਰਕ ਸਾਂਝ, ਉੱਥੇ ਕਿਸੇ ਦੇ ਨਾਲ ਪੱਖਪਾਤੀ ਰਵੱਈਆ ਨਹੀਂ ਅਪਣਾਇਆ ਜਾਂਦਾ। ਉੱਥੇ ਨਿਭ ਕੇ ਆਵੇ ਕੋਈ, ਉੱਥੇ ਗੁਰੂ ਮਹਾਰਾਜ ਜੀ ਉਹਨੂੰ ਆਪਣਾ ਆਸ਼ੀਰਵਾਦ ਦਿੰਦੇ ਆ, ਉੱਥੇ ਉਹ ਆਪਣੇ ਕੰਨਾਂ ਦੇ ਰਾਹੀਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਸਕਦੇ ਨੇ, ਔਰ ਆਪਣੀ ਸਰੀਰਕ ਭੁੱਖ ਜਿਹੜੀ ਹੈਗੀ ਆ ਉਹ ਲੰਗਰ ਹਾਲ ਦੇ ਵਿੱਚ ਬੈਠ ਕੇ ਉਹ ਮਿਟਾ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਜ਼ਰੂਰ ਉਹਨਾਂ ਨੂੰ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈਗਾ, ਕਿਉਂਕਿ ਉਹ ਪੰਜਾਬ ਦਾ ਮਾਹੌਲ ਜਿਹੜਾ ਪਹਿਲਾਂ ਤੋਂ ਹੀ ਖਰਾਬ ਹੈ ਉਹਨੂੰ ਹੋਰ ਜ਼ਿਆਦਾ ਖਰਾਬ ਕਰਨ ਦੀ ਵਜ੍ਹਾ ਬਣਦੇ ਨੇ। ਭੁਪਿੰਦਰ ਸਿੰਘ ਜੀ, ਮੇਰੇ ਕੋਲ ਤਾਂ ਸਵਾਲ ਮੁੱਕ ਗਿਆ, ਤੁਹਾਡੇ ਕੋਲ ਹੋਰ ਕੁਛ ਕਹਿਣ ਨੂੰ ਜੇ ਹੈਗਾ ਤਾਂ ਤੁਸੀਂ ਜ਼ਰੂਰ ਆਪਣੀ ਗੱਲ ਕਰ ਸਕਦੇ। ਨਹੀਂ ਬਸ, ਧੰਨਵਾਦ ਜੀ। ਜੀ ਜ਼ਰੂਰ। ਮੈਂ ਆਪਦੇ ਜਿਹੜੇ ਤੁਸੀਂ ਲਏ ਵਿਚਾਰ ਜਾਂ ਆਪਣੇ ਵਿਚਾਰ ਦਿੱਤੇ, ਬਹੁਤ ਵਧੀਆ ਜਿਹੜੀ ਸਾਡੀ ਗੱਲਬਾਤ ਹੋਈ ਹੈ। ਜੀ ਜ਼ਰੂਰ, ਜੀ ਜ਼ਰੂਰ। ਭੁਪਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵੇਂ 'ਚ ਸਮਾਂ ਕੱਢਿਆ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਭੁਪਿੰਦਰ ਸਿੰਘ 6 ਜੂਨ ਜਿਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਆ, ਤੁਸੀਂ ਵੀ ਜ਼ਰੂਰ ਆਪਣੀ ਰਾਏ ਦਿਓ ਕਿ ਇਹ ਸਾਰੀ ਗੱਲਬਾਤ ਦੇ ਪ੍ਰਤੀ ਤੁਹਾਡੇ ਅੰਦਰ ਕੀ ਚੱਲਦਾ ਪਿਆ ਹੈਗਾ, ਤੁਹਾਡੇ ਜ਼ਿਹਨ ਵਿੱਚ ਵੀ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ। ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਿਓ। ਇੱਕ ਜਾਂਦੇ ਜਾਂਦੇ ਬੇਨਤੀ ਹੋਰ ਕਰਨੀ ਚਾਹੂੰਗਾ ਕਿ ਸਾਡਾ ਜਿਹੜਾ ਪੁਰਾਣਾ ਯੂਟਿਊਬ ਚੈਨਲ ਆਪਣਾ ਸਾਂਝਾ ਪੰਜਾਬ, ਉਹਨੂੰ ਭਾਰਤ ਦੀ ਸਰਕਾਰ ਨੇ ਭਾਰਤ ਵਿੱਚ ਕਰ ਦਿੱਤਾ ਹੋਇਆ ਜੀ ਬੰਦ। ਆ ਜਿੱਥੇ ਹੁਣ ਤੁਸੀਂ ਮੈਨੂੰ ਸੁਣ ਰਹੇ ਹੋ,
ਇਹ ਭੁਪਿੰਦਰ ਸਿੰਘ ਸੱਜਣ ਟਾਕਸ, ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਪਾਂ ਇੱਥੇ ਤੁਹਾਡੇ ਰੂਬਰੂ ਅਲੱਗ ਅਲੱਗ ਵਿਸ਼ੇ, ਅਲੱਗ ਅਲੱਗ ਮੁੱਦੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇੱਕ ਗੱਲ ਅਤੇ ਦੂਜੀ ਬੇਨਤੀ ਮੈਂ ਤੁਹਾਨੂੰ ਕਰਨੀ ਚਾਹੂੰਗਾ, ਜਿਹੜੇ ਸੱਜਣ ਕਈ ਵਾਰ ਫੋਨ ਕਰ ਕਰਕੇ ਕਹਿੰਦੇ ਕਿ ਸੱਜਣ ਜੀ ਸਾਡੇ ਲਈ ਕੋਈ ਸੇਵਾ ਦੱਸੋ, ਅਸੀਂ ਤੁਹਾਡੇ ਚੈਨਲ ਦੇ ਲਈ ਕੀ ਕਰ ਸਕਦੇ ਹਾਂ। ਮੈਂ ਕਹਿੰਦੇ ਅਸੀਂ ਅਰਦਾਸਾਂ ਕਰਦੇ, ਮੈਂ ਕਿ ਤੁਸੀਂ ਅਰਦਾਸਾਂ ਵੀ ਕਰੋ ਜ਼ਰੂਰ। ਜੇ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ, ਸਾਨੂੰ ਕੁਝ ਨਹੀਂ ਚਾਹੀਦਾ ਹੈਗਾ, ਤੁਸੀਂ ਸਾਡੇ ਚੈਨਲ ਦੀ ਇੱਕ ਮੈਂਬਰਸ਼ਿਪ ਲੈ ਸਕਦੇ ਹੋ। ਥੱਲੇ ਜੁਆਇਨ ਦਾ ਆਪਸ਼ਨ ਹੈਗਾ, ਤੁਸੀਂ ਜੁਆਇਨ ਜਿੱਥੇ ਲਿਖਿਆ ਹੈਗਾ ਉੱਥੇ ਜਾ ਕੇ ਕਲਿੱਕ ਕਰੋ, ਤੁਸੀਂ ਉੱਥੇ ਜਾ ਕੇ ਮੈਂਬਰਸ਼ਿਪ ਲੈ ਸਕਦੇ ਹੋ। ਪਰ ਮੰਥ 299 ਰੁਪਈਏ ਹੈਗੇ ਆ ਜੀ। ਤੁਸੀਂ ਇਸ ਤਰੀਕੇ ਦੇ ਨਾਲ ਸਾਡੇ ਚੈਨਲ ਦੀ ਸਪੋਰਟ ਕਰ ਸਕਦੇ ਹੋ, ਔਰ ਅਸੀਂ ਤੁਹਾਡੇ ਸਾਹਮਣੇ ਹੱਕ, ਸੱਚ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਯਤਨ ਕਰਦੇ ਹੀ ਰਹਾਂਗੇ, ਕਰਦੇ ਹੀ ਰਹਾਂਗੇ। ਆਪਾਂ ਆਪਣੀ ਆਵਾਜ਼ ਨੂੰ ਉਨਾ ਚਿਰ ਤੱਕ ਬੰਦ ਨਹੀਂ ਹੋਣ ਦਿਆਂਗੇ ਜਿੰਨਾ ਚਿਰ ਇਸ ਸਰੀਰ ਦੇ ਅੰਦਰ ਸਾਹ ਚੱਲਦੇ ਨੇ, ਅਤੇ ਜਿੰਨਾ ਚਿਰ ਸਾਰੇ ਪਾਸੇ ਵਾਤਾਵਰਣ ਅਤੇ ਮਾਹੌਲ ਬਿਲਕੁਲ ਵਧੀਆ ਗੁਰੂ ਆਸ਼ੇ ਦੇ ਮੁਤਾਬਕ ਨਹੀਂ ਹੋ ਜਾਂਦਾ, ਉਨਾ ਚਿਰ ਇਹ ਆਵਾਜ਼ ਇੱਦਾਂ ਹੀ ਫਜ਼ਾ ਦੇ ਵਿੱਚ ਗੂੰਜਦੀ ਰਹੂੰਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਸਦਕਾ। ਬਹੁਤ ਬਹੁਤ ਧੰਨਵਾਦ।